ਸੰਕਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ ਜਸਰ ਵਤਨੋਂ ਦੂਰ ਰੇਡੀਓ ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ دوست ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਰਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰਚਕ ਆਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜ਼ੁਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ लेके आया वतनो दूर रेडियो वतनो दूर रेडियो लिसन लाइव वतनो दूर रेडियो विद सुखी निचड़ What makes the festive season extra special? You guessed it right Pizza Depot's range of specialty pizzas. From slices for a solo celebration to feasts for a large gathering, get it all at Pizza Depot. Wishing you all a joyous festive season and a happy new year. ਨਾਮਾ ਲੈ ਲਿਆ ট্রাক ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚੱਲੀ ਏ ਭਾਈ ਅੱਜ ਕਿੱਥੇ ਚੱਲੇ ਆ ਓਏ ਅੱਜ ਪੰਜਾਬ ਸਪੋਰਟਸ ਕੈਨੇਡਾ ਵਾਲਿਆਂ ਦੇ ਚੱਲਿਆ ਉੱਥੇ ਕੀ ਹੈ ਓਏ ਨੰਬਰ 1 ਟਰੈਕ ਸੂਟ ਅਤੇ ਸਪੋਰਟਸ ਦਾ ਹਰ ਤਰ੍ਹਾਂ ਦਾ ਸਮਾਨ ਸਪੋਰਟਸਲੀ ਹਰ ਤਰ੍ਹਾਂ ਦੀ ਯੂਨੀਫਾਰਮ ਸਕੂਲਾਂ ਲਈ ਬੱਚਿਆਂ ਦੀਆਂ ਖੂਬਸੂਰਤ ਵਰਦੀਆਂ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਪੰਜਾਬ ਸਪੋਰਟਸ ਕੈਨੇਡਾ 9057897664 ਤੇ ਹਰ ਦਿਲ ਰਜ਼ੀਜ ਬਲਵੀਰ ਸੰਧੂ ਨੂੰ ਹਮੇਸ਼ਾ ਯਾਦ ਰੱਖੋ

ਸਵੀਟ ਫੈਕਟਰੀ ਦੋਸਤੋ ਟਾਟੇ ਸ਼ਹਿਰ ਚ ਖੁੱਲ ਗਿਆ ਇੱਕ ਅਜੀਹਾਂ ਸੈਲੂਨ ਜਿੱਥੇ ਬਿਨਾ ਕੈਂਚੀ ਦੇ ਟੋਟੀ ਦਾੜੀ ਕੱਲ ਕੀਤੀ ਜਾਵੇਗੀ ਜੀ ਹਾਂ ਅਮਨ ਕਲੀ ਬਿਅਰ ਇਸ ਸੈਲੂਨ ਚ ਟੋਡੀ ਦਾੜੀ ਤੇ ਕੁੰਡਲ ਪਾਈ ਜਾਂਦੇ ਨੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਸੈੱਟ ਕੀਤੀ ਜਾਂਦੀ ਹੈ ਹੀ ਲੋਕੇਸ਼ਨ ਬ੍ਰਾਮਟਨ ਦੇ 136 ਡੈਕਰ ਹਾਲੋ ਸਰਕਲ ਦੇ ਵਿੱਚ ਹੈ ਤੇ ਨੰਬਰ 4372458500 ਜੇ ਚੰਨ ਚੋਂ ਚਾਨਣੀ ਮੁੱਕ ਜਾਵੇ ਸਾਗਰ ਚੋਂ ਪਾਣੀ ਸੁੱਕ ਜਾਵੇ ਹਰ ਦਿਲ ਦੀ ਧੜਕਣ ਰੁਕ ਜਾਵੇ ਤਾਂ ਹੋ ਸਕਦਾ ਤੈਨੂੰ ਭੁੱਲ ਜਾਵਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਰੌਸ਼ਨ ਪ੍ਰਿੰਸ ਤੇ ਤੁਸੀਂ ਸੁਣ ਰਹੇ ਹੋ ਵਤਨੋ ਦੂਰ ਰੇਡੀਓ Time TV appliances and furniture. Authorized dealers for all major brands. Guaranteed lowest prices. Showcasing the latest QLED, OLED, and LED TVs. Save up to 25% off on all barbecues and up to 30% off on all appliances. Interest-free financing available. Save up to 80% on all Ashley furniture. Sofa sets, bed sets, and more. Visit any for five locations within the GTA. For more, visit tallytime.ca. Are you going through a challenging time with your life? Pandit Nandhaji has experience in astrology helping people by reading into their astrological charts along with future readings. The astrologer does reading of your face, palm, horoscope, vastu, planet, black magic removal, evil spells and spirits, voodoo, spiritual healer, love, removes jadu, and many more. The astrologer has a center in Brampton with the name of Pandit Nandaji where you can visit him and find a solution to all your problems. Connect with him at 1 647 822 9607. ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘਟ ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ ਆਰਬੀਸੀ ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ ਸਰਫ ਏਮਪਲੋਇਡ ਵਾਸਤੇ ਖਾਸ ਪ੍ਰੋਗਰਾਮ No last minute surprises. First mortgage, second mortgage, private funds, truck loans, business loans. Sare hi kamale ikona. ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ ਪਰਮਿੰਦਰ ਮੰਗਟ 6472859119 ਜਾਨੀ 6472859119 ਪਰਮਿੰਦਰ ਮੰਗਟ ਵਿਦ ਬੋਗੇ ਜਾਇਲੈਂਸ ਡਰਾਈਵਰ ਲਾਇਸੈਂਸ ਨੰਬਰ 10530

R O U T E S ਗੱਲ ਕੀ ਕਿਤੇ ਵੀ ਜਾਓ ਆਪਕੇ ਜੀਵਨ ਮੇ ਚੱਲ ਰਹੀ ਸਾਰੀ ਸਮੱਸਿਆਵਾਂ ਦਾ ਸਮਾਧਾਨ जैसे बिजनेस हेल्थ फैमिली डिप्रेशन मैरिज वेल्थ या ड्रिंकिंग के निवारण के लिए पंडित नंदा जी के पास आए जो कि एक्सपर्ट हैं पाम रीडिंग में एंड एंड रिमूविंग ऑफ ब्लैक मैजिक इविल स्पिरिट्स जादू सलाह के लिए कॉल करें वर्ल्ड फेमस एस्ट्रोलॉजर नंदा जी को सिक्स फोर सेवन एट टू टू नाइन सिक्स जीरो सेवन दट सिक्स फोर सेवन एट टू टू नाइन सिक्स जीरो सेवन लोकेटेड एट क्वीन एंड टू वन टू क्वीन स्ट्रीट ईस्ट इन ब्रैमटन ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਜੀ ਯਾਦਾਂ ਦੇ ਰਾ ਸੁਲਤਾਨੀ ਜਾਣ ਆ ਹੁਂ ਜੀ ਜੀ ਸ਼ਸ਼ੀਕਾਲ ਜੀ ਮੈਂ ਹਾਂ ਸਦਨਦੀਪ ਸੋ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਸੁਖੀ ਨਿਜਰ ਦੇ ਨਾਲ ਲਿਸਨ ਲਾਈਵ ਵਤਨੋਂ ਦੂਰ ਰੇਡੀਓ ਵਿਦ ਸੁਖੀ ਨਿਜਰ ਕੀ ਸਵੀਟਰਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਏਸਟੇਟ ਦੇ ਸਾਈਨਸ ਬੈਨਰਸ ਦੇ ਵਾਸਤੇ ਕਾਰ ਟਰੱਕ ਸਾਈਨਸ ਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵੇਨਿਊ ਈਸਟ ਸਟੀਲਸ ਦੀ ਐਡਵਾਂਸ ਦੇ ਉੱਪਰ ਲੋਕੇਟਿਡ ਹਨ ਬ੍ਰੈਮਟਨ ਦੇ ਵਿੱਚ ਉਹਨਾਂ ਦਾ ਫੋਨ ਨੰਬਰ ਹੈ 9054585956905452 ਉਨਾਰਟ ਸ਼ਪਿੰਜਾ ਜੀ ਹਾਂ ਦੋਸਤੋ ਸਵਾਗਤ ਹੈ ਤੁਹਾਡਾ 1320 ਦੀ ਸੁਪਰ ਹੀਟ ਫ੍ਰੀਕੁਐਂਸੀ ਦੇ ਉੱਤੇ ਤੇ ਅਸੀਂ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਵਤਨੋਂ ਦੂਰ ਪ੍ਰੋਗਰਾਮ ਪ੍ਰੋਗਰਾਮ ਦਾ ਨਾਮ ਜਿਹੜਾ ਹੈਗਾ ਜੀ ਏਸੀ ਕਰਕੇ ਤੁਹਾਡੇ ਲਈ ਰੱਖਿਆ ਗਿਆ ਵਤਨੋਂ ਦੂਰ ਕਿਉਂਕਿ ਜਦੋਂ ਵੀ ਆਪਾਂ ਪਰਦੇਸਾਂ ਦੇ ਵਿੱਚ ਆਉਣੇ ਹੈਗੇ ਆ ਤੇ ਆਪਾਂ ਆਪਣੇ ਵਤਨ ਦੀ ਜਿਹੜੀ ਮਹਿਕ ਹੈਗੀ ਆ ਉਹਦੀ ਜਿਹੜੀ ਸਾਂਝ ਹੈਗੀ ਆ ਉਹਨੂੰ ਮਹਿਸੂਸ ਕਰਨਾ ਚਾਹੁੰਦੇ ਆ ਤੇ ਵਤਨੋਂ ਦੂਰ ਲੈ ਕੇ ਹਾਜ਼ਰ ਹੋ ਗਈ ਹੈ ਜੀ ਸੁਖੀ ਨਿਜਰ ਹੋਣਾ ਦੀ ਟੀਮ ਮੈਂ ਤੁਹਾਡਾ ਦੋਸਤ ਤੇ ਹੋਸਟ ਪਵਨ ਤਲਵਾਰ ਮੇਰੇ ਨਾਲ ਸਾਂਝ ਪਾ ਰਹੇ ਨੇ ਸਟੂਡੀਓ ਦੇ ਵਿੱਚ ਰਮਨਦੀਪ ਤੇ ਨਵਨੀਤ ਤੇ ਗੱਲਬਾਤਾਂ ਦਾ سلسلہ ਆਪਾਂ ਜਿਹੜਾ ਜੀ ਏਸੀ ਤਰੀਕੇ ਨਾਲ ਸ਼ੁਰੂ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਨਿੱਘੀ ਸ਼ਸ਼ਕਾਲ ਨਮਸਤੇ ਵੈਰੀ ਮਾਰਨਿੰਗ ਟੋਰਾਂਟੋ ਉਮੀਦ ਕਰਦੇ ਹਾਂ ਕਿ ਤੁਸੀਂ 1320 ਫ੍ਰੀਕੁਐਂਸੀ ਨੂੰ ਟਿਊਨ ਇਨ ਕਰ ਚੁੱਕੇ ਹੋਵੋਗੇ ਔਰ ਹਮੇਸ਼ਾ ਯਾਦ ਰੱਖਣਾ ਹੈਗਾ ਕਿ ਅਗਰ ਤੁਸੀਂ ਕੈਨੇਡਾ ਤੋਂ ਬਾਹਰ ਹੋ ਹੈਗੇ ਹੋ ਤੇ Wi-Fi ਦੇ ذریعے ਇੰਟਰਨੈਟ ਦੇ ذریعے ਤੁਸੀਂ ਸਾਡੇ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੈਗੇ ਹੋ ਤਾਂ ਇਹ ਆਵਾਜ਼ ਐਪ ਜਿਹੜੀ ਹੈਗੀ ਜੀ ਤੁਸੀਂ ਆਪਣੇ ਫੋਨ ਤੇ ਜਾਂ ਕਿਸੇ ਵੀ ਗੈਜਟ ਦੇ ਉੱਤੇ ਲੋਡ ਕਰ ਸਕਦੇ ਹੋ ਤੇ ਉੱਥੋਂ ਤੁਸੀਂ ਫ੍ਰੀ ਦੇ ਵਿੱਚ ਇੰਟਰਨੈਟ ਦੇ ذریعے 1320 ਫ੍ਰੀਕੁਐਂਸੀ ਨੂੰ ਜਿਹੜਾ ਹੈਗਾ ਜੀ ਸੁਣ ਸਕਦੇ ਹੋ ਸਾਡੇ ਤੋਂ ਪਹਿਲਾਂ ਚਾਵਲਾ ਸਾਹਿਬ ਨੇ ਪ੍ਰੋਗਰਾਮ ਬਹੁਤ ਹੀ ਵਧੀਆ ਪੇਸ਼ ਕੀਤਾ ਤੇ ਸਾਡਾ ਵਾਰੀ ਆਈ ਹੈਗੀ ਹੈ ਜੀ ਹੁਣ 11:00 ਵਜੇ 10 ਮਿੰਟ ਜਿਹੜੇ ਜੀ ਸਟੂਡੀਓ ਦੀ ਘੜੀਆਂ ਦੇ ਵਿੱਚ ਹੋ ਚੁੱਕੇ ਨੇ ਤੇ 12 ਵਜੇ ਤੱਕ ਤੁਹਾਡਾ ਤੇ ਸਾਡਾ ਸਾਥ ਰਹੇਗਾ ਸਟੂਡੀਓ ਦੇ ਵਿੱਚ ਮੈਨੂੰ ਕਾਲ ਕਰਨ ਦੇ ਲਈ ਤੁਸੀਂ ਹਮੇਸ਼ਾ ਦੀ ਤਰ੍ਹਾਂ 9057990999 ਦੇ ਉੱਤੇ ਕਾਲ ਜਿਹੜੀ ਜੀ ਕਰ ਸਕਦੇ ਹੋ ਤੁਸੀਂ ਕੋਈ ਵੀ ਕਮਿਊਨਿਟੀ ਨਿਊਜ਼ ਸਾਂਝੀ ਕਰਨੀ ਹੈ ਜਾਂ ਫਿਰ ਸਾਡੇ ਨਾਲ ਤੁਸੀਂ ਚਰਚਾ ਦੇ ਵਿੱਚ ਸ਼ਾਮਲ ਹੋਣਾ ਹੈ ਤੇ 9057990999 ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਕੀਤੀ ਜਾ ਸਕਦੀ ਹੈ ਤੇ ਅੱਪਾ ਵੈਦਰ ਰਿਪੋਰਟ ਲਈ ਜਾਨੇ ਹੈਗੇ ਜੀ ਰਮਨਦੀਪ ਹੁਣਾਂ ਦੇ ਕੋਲ ਰਮਨ ਜੀ ਸਵਾਗਤ ਹੈ ਤੁਹਾਡਾ ਤੇ ਆਪਾਂ ਵੈਦਰ ਰਿਪੋਰਟ ਜਿਹੜੀ ਜੀ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਆਂ ਵੈਲਕਮ ਜੀ ਪਵਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਕਿ ਸਾਡੇ ਜਿਹੜਾ ਵਤਨੋਂ ਦੂਰ ਹਨਾ ਅਸੀਂ ਖਾਸ ਕਰਕੇ ਲੋਕਾਂ ਲਈ ਗੱਲਬਾਤ ਕਰਦੇ ਆਂ ਤੇ ਵਤਨੋਂ ਦੂਰ ਤੋਂ ਆਏ ਲੋਕਾਂ ਨੂੰ ਆਪਾਂ ਵੈਦਰ ਰਿਪੋਰਟ ਦੇ ਨਾਲ ਵੀ ਜ਼ਰੂਰ ਜਾਣਕਾਰੀ ਸਾਂਝੀ ਕਰਦੇ ਹੁੰਨੇ ਤਾਂ ਕਿ ਉਹ ਵੈਦਰ ਰਿਪੋਰਟ ਸੁਣ ਕੇ ਆਪਣੇ ਉਸ ਤਰੀਕੇ ਨਾਲ ਦਿਨ ਵਧੀਆ ਬਤੀਤ ਕਰਨ ਤੇ ਉਸ ਤਰੀਕੇ ਦੇ ਨਾਲ ਕੱਪੜੇ ਪਾ ਕੇ ਨਿਕਲਣ ਬਾਅ ਹੋਈ ਗਿਆ ਇਨੀ ਦੇਰ ਦਾ ਪੋਜ਼ਿਟਿਵ ਪੋਜ਼ਿਟਿਵ ਚੱਲ ਰਿਹਾ ਸੀ ਤੇ ਅੱਜ -1 ਡਿਗਰੀ ਟੈਂਪਰੇਚਰ ਆ ਤੇ ਅੱਜ ਹੁਣ ਥੋੜੇ ਦਿਨ ਬਾਅਦ ਨਾ 0 ਡਿਗਰੀ ਟੈਂਪਰੇਚਰ ਵੀ ਹੋ ਜਾਣਾ ਆ ਪਰ ਉਸ ਤੋਂ ਬਾਅਦ 1 ਡਿਗਰੀ ਟੈਂਪਰੇਚਰ ਹੀ ਰਹਿਣਾ ਆ ਤੇ ਹੁਣ ਕੱਲ ਪਰਸੋਂ ਤੇ ਉਸ ਤੋਂ ਅਗਲੇ ਦਿਨ ਵੀ ਸੇਮ ਟੈਂਪਰੇਚਰ ਰਹੂਗਾ ਕਿਉਂਕਿ ਬੱਦਲ ਛਾਏ ਰਹਿਣੇ ਨੇ ਧੁੱਪ ਬਲ ਕੀ ਹਲਕੀ ਬਹੁਤ ਘੱਟ ਚਾਂਸਸ ਨੇ ਕਿ ਧੁੱਪ ਨਿਕਲੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪੋ ਆਪਣਾ ਵਿਚਾਰ ਰੱਖਣ ਤੇ ਸਰਦੀਆਂ ਦੇ ਮੋਟੇ ਕੱਪੜੇ ਜ਼ਰੂਰ ਪਾ ਕੇ ਰੱਖਣ ਜੀ ਜੀ ਬਿਲਕੁਲ ਔਰ ਸਾਡੇ ਟੀਮ ਮੈਂਬਰ ਜੀ ਨਵਨੀਤ ਜੀ ਵੀ ਹੈਗੇ ਨੇ ਜੀ ਔਰ ਨਵਨੀਤ ਤੁਹਾਡਾ ਵੀ ਸਵਾਗਤ ਹੈ ਸਸਿਕਾ ਸਾਰਾ ਨੂੰ ਤੇ ਪਵਨਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਰੋਜ਼ ਵੈਲਕਮ ਕਰਦੇ ਹੋ ਇਹਨੇ ਪਿਆਰ ਨਾਲ ਤੇ ਮੈਂ ਹੁਣ ਵੈਦਰ ਨੂੰ ਦੇਖ ਕੇ ਅੱਜ ਲੱਗਿਆ ਮੈਂ ਅੱਜ ਕੱਲ ਦੇ ਅਕੋਰਡਿੰਗ ਕਪੜੇ ਪਾ ਕੇ ਨਿਕਲ ਗਈ ਪਰ ਜਦ ਬਾਹਰ ਨਿਕਲੀ ਨਾ ਮੈਂ ਕੈਪ ਪਾਈ ਸੀ ਨਾ ਮੈਂ نیچے ਸ਼ੂਜ਼ ਪਾਏ ਸੀ ਅਜ ਤਾਂ ਮੈਂ ਠਰ ਗਈ ਮੇਰੇ ਖਿਆਲ ਹੈ ਅੱਜ ਤਾਂ ਠੰਡ ਹੋਗੀ ਪਰ ਆ ਕੇ ਰਮਨ ਜੀ ਨੇ ਮੈਨੂੰ ਦੱਸੇ ਕਿ ਅੱਜ 네ਗੇਟਿਵ ਚਾ ਪਰ ਮੈਨੂੰ ਲੱਗਦਾ ਜਦੋਂ ਵੀ ਅਸੀਂ ਘਰੋਂ ਬਾਹਰ ਨਿਕਲੀਏ ਪਹਿਲਾਂ ਵੈਦਰ ਜ਼ਰੂਰ ਦੇਖੀਏ ਤਾਂ ਕਿ ਅਸੀਂ ਬਿਮਾਰ ਹੋਣ ਤੋਂ ਬਾਅਦ ਬਚ ਸਕੀਏ ਅਰ ਜੀ ਬਿਲਕੁਲ ਔਰ ਇਸ ਤਰ੍ਹਾਂ ਹੀ ਆਪਾਂ ਗੱਲਬਾਤ ਦਾ سلسلہ ਜਿਹੜਾ ਹੈਗਾ ਜੀ ਕਰਦੇ ਰਵਾਂਗੇ ਔਰ ਨਾਲ ਦੀ ਨਾਲ ਤੁਹਾਨੂੰ ਪਤਾ ਕਿ ਆਪਾਂ ਇੰਡੀਆ ਤੋਂ ਵੀ ਲਾਈਵ ਖਬਰਾਂ ਜਿਹੜੀਆਂ ਹੈਗੀਆਂ ਜੀ ਮਨਪ੍ਰੀਤ ਹੁਣਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਲਈ ਪੇਸ਼ ਕਰਦੇ ਆਂ ਤੇ ਪ੍ਰੋਗਰਾਮ ਦੇ ਵਿੱਚ ਇੱਕ ਥੋੜਾ ਜਿਹਾ ਜੀ 뮤ਜ਼ਿਕ ਬ੍ਰੇਕ ਲੈਨੇ ਹੈਗੇ ਤੇ ਤੁਹਾਡੇ ਨਾਲ ਦੁਬਾਰਾ ਜਿਹੜਾ ਜੀ ਗੱਲਬਾਤ ਕਰਦੇ ਆਂ ਦਲਜੀਤ ਦਸਾਂਜ ਹੁਣਾਂ ਦੀ ਆਵਾਜ਼ ਦੇ ਵਿੱਚ ਇੰਜੋਏ ਕਰਦੇ ਆਂ ਜੀ ਬਹੁਤ ਹੀ ਖੂਬਸੂਰਤ ਟਰੈਕ ਦਿਆਂ ਦੋਸਤੋ ਤੁਸੀਂ ਜੁੜੇ ਹੋਗੇ ਹੋ ਜੀ ਵਤਨੋਂ ਦੂਰ ਪ੍ਰੋਗਰਾਮ ਦੇ ਨਾਲ ਆਰ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਿਉਂਕਿ ਪਿਛਲੇ ਦਿਨੀ ਆਪਾਂ 1320 ਫ੍ਰੀਕਵੈਂਸੀ ਦੇ ਉੱਤੇ ਜਿਹੜਾ ਜੀ ਗੁਰਪੁਰਬ ਦੇ ਦੇ ਉੱਤੇ ਜਿਹੜਾ ਜੀ ਕਲੈਕਸ਼ਨ ਜਿਹੜੀ ਹੈਗੀ ਹੈ ਜੀ ਉਹ ਕੀਤੀ ਸੀਗੀ ਉਹਦੇ ਵਿੱਚ ਸਾਰਿਆਂ ਨੇ ਸਾਡੇ ਸਾਰੇ ਲਿਸਨਰਸ ਨੇ ਸਾਡੇ ਸਪான்ਸਰਸ ਨੇ ਜਿੰਨੇ ਵੀ ਸਾਡੇ ਚਾਹਵਾਨ ਹੈਗੇ ਨੇ ਜੀ ਉਹਨਾਂ ਨੇ ਬਹੁਤ ਖੁੱਲੇ ਦਿਲ ਦੇ ਨਾਲ ਸਹਿਯੋਗ ਦਿੱਤਾ ਤੇ ਤਕਰੀਬਨ 1.5 ਲੱਖ ਤੋਂ ਜ਼ਿਆਦਾ ਡਾਲਰ ਜਿਹੜਾ ਹੈਗਾ ਜੀ ਉਹ ਇਕੱਠਾ ਹੋਇਆ ਤੁਹਾਡਾ ਸਾਰਿਆਂ ਦਾ ਜੀ 1320 ਦੀ ਮੈਨੇਜਮੈਂਟ ਦੇ ਵੱਲੋਂ ਵਤਨੋਂ ਦੂਰ ਦੀ ਮੈਨੇਜਮੈਂਟ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਇਦਾਂ ਦਾ ਇਹ ਇੱਕ ਉਪਰਾਲਾ ਜਿਹੜਾ ਜੀ ਹੋਣ ਜਾ ਰਿਹਾ ਹੈਗਾ ਸਾਡੇ ਪਰਮਿੰਦਰ ਸਿੰਘ ਮੰਗੜ ਸਾਹਿਬ ਬਲੂ ਰੋਜ਼ ਰਿਐਲਿਟੀ ਇੰਕ ਤੋਂ ਲੈ ਕੇ ਆ ਰਹੇ ਨੇ ਜੀ ਉਹ ਕਰ ਰਹੇ ਹੈਗੇ ਨੇ ਜਿਵੇਂ ਜੈਸ ਵਲੇ ਫੂਡ ਦੀ ਕਲੈਕਸ਼ਨ ਕਰ ਰਹੇ ਹੈਗੇ ਆ ਔਰ ਸੇਵਾ ਫੂਡ ਬੈਂਕ ਦੇ ਨਾਲ ਉਹ ਜੁੜੇ ਹੈਗੇ ਨੇ ਪਿਛਲੇ ਸਾਲ ਵੀ ਉਹਨਾਂ ਨੇ ਬਹੁਤ ਵੱਡਾ ਜਿਹੜਾ ਜੀ ਉਪਰਾਲਾ ਕੀਤਾ ਸੀਗਾ ਉਹਦੇ ਵਿੱਚ ਉਹਨਾਂ ਨੇ ਫੂਡ ਬੈਂਕ ਨੂੰ ਜਿਹੜਾ ਹੈਗਾ ਜੀ ਉਹ ਸਮਾਨ ਗਰੋਸਰੀਜ਼ ਦਿੱਤੀਆਂ ਸੀਗੀਆਂ ਤੁਸੀਂ ਵੀ ਅਗਰ ਇਸ ਸੇਵਾ ਦੇ ਵਿੱਚ ਭਾਗ ਲੈਣਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਦੇ ਸਕਦੇ ਹੋ ਜੀ ਆਪਣੇ ਕੈਨਡ ਫੂਡ ਜਿਹੜਾ ਜਿਹੜਾ ਖਰਾਬ ਨਹੀਂ ਹੁੰਦਾ ਜਿਵੇਂ ਕੋਈ ਡੱਬੇ ਵਾਲੀਆਂ ਜਿਹੜੀਆਂ ਫੂਡ ਹੈਗੇ ਨੇ ਜਿਵੇਂ ਰਾਈਸ ਹੋ ਗਿਆ ਫਲੋਰ ਹੋ ਗਿਆ ਕੁਕਿੰਗ ਆਇਲ ਹੋ ਗਿਆ ਪਾਸਤਾ ਨੂਡਲ ਜਾਂ ਫਿਰ ਦਾਲਾਂ ਜਿਹੜੀਆਂ ਹੈਗੀਆਂ ਜੀ ਉਹ ਤੁਸੀਂ ਦੇ ਸਕਦੇ ਹੋ ਪ੍ਰਮਿੰਦਰ ਮੰਗਟ ਸਾਹਿਬ ਹੁਣ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਆ ਤੁਹਾਡੇ ਕੋਲੋਂ ਕਲੈਕਸ਼ਨ ਵੀ ਕੀਤੀ ਜਾ ਸਕਦੀ ਹੈ ਤੁਹਾਡੇ ਤੋਂ ਕਲੈਕਟ ਕਰ ਲੈਣਗੇ ਮੰਨ ਲਓ ਤੁਸੀਂ ਕੋਈ ਸਮਾਨ ਜਿਹੜਾ ਹੈਗਾ ਜੀ ਆਪਣੇ ਘਰੋਂ ਦੇਣਾ ਚਾਹੁੰਦੇ ਆ ਤੇ ਉਹਦੇ ਲਈ ਵੀ ਤੁਹਾਡੇ ਨਾਲ ਉਹ ਆ ਕੇ ਤੁਹਾਡੇ ਘਰੋਂ ਸਮਾਨ ਲੈ ਜਾਣਗੇ 6472859119 ਜਿਹੜਾ ਜੀ ਪ੍ਰਮਿੰਦਰ ਮੰਗਟ ਹੁਣਾਂ ਦਾ ਆਫਿਸ ਹੈਗਾ ਉਹ ਹੈਗਾ ਜੀ 20 ਮੈਰੀਟਾਈਮ অন্ਟਾਰੀਓ ਰੋਡ ਬੋਲੀਵਰਡ ਤੇ ਤੇ ਯੂਨਿਟ ਨੰਬਰ 11 ਏ ਬਲੂ ਰੋਜ਼ ਰਿਐਲਟੀ ਇੰਕ ਦਾ ਆਫਿਸ ਹੈਗਾ 20 ਮੈਰੀਟਾਈਮ ਅੰਟਾਰੀਓ ਬੋਲੀਵਰਡ ਯੂਨਿਟ ਨੰਬਰ 11 ਬ੍ਰੈਮਟਨ ਦੇ ਵਿੱਚ ਲੋਕੇਟਿਡ ਹੈਗਾ ਇਹ ਵੀ ਬਹੁਤ ਵੱਡਾ ਉਪਰਾਲਾ ਹੈਗਾ ਜੀ ਔਰ ਕਿਉਂਕਿ ਕਿਸੇ ਵੀ ਚੰਗੇ ਕੰਮ ਦੇ ਵਿੱਚ ਅੱਗੇ ਲੱਗਣਾ ਉਹ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸੁਪਰਮਿੰਦਰ ਮੰਗਟ ਹੋਣਾ ਨੇ ਅੱਗੇ ਲੱਗ ਕੇ ਇਹ ਇੱਕ ਰਸਤਾ ਖੋਲ੍ਹਿਆ ਆ ਤੁਸੀਂ ਵੀ ਆਪਣਾ ਤਿਲਫੁੱਲ ਜਿਹੜਾ ਹੈਗਾ ਜੀ ਭੇਟਾ ਕਰਨਾ ਚਾਹੁੰਦੇ ਹੈਗੇ ਹੋ ਤੇ ਤੁਸੀਂ ਪਰਮਿੰਦਰ ਮੰਗਟ ਸਾਹਿਬ ਦੇ ਨਾਲ ਇਹ ਸਹਿਯੋਗ ਜਿਹੜਾ ਜੀ ਕਰ ਸਕਦੇ ਹੋ

2859119 ਤੇ ਜਿਹੜੀ ਜੀ ਗੱਲਬਾਤ ਤੇ ਕੀਤੀ ਜਾ ਸਕਦੀ ਆ ਜਸਟ ਵੈਜੀ ਅਗਰ ਤੁਸੀਂ ਬਹੁਤ ਹੀ ਸਵਾਦਲੇ ਫਰੈਸ਼ ਵੈਜ ਪਕਵਾਨ ਖਾਣੇ ਨੇ ਤੇ ਜਸਟ ਵੈਜੀ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ 284 ઓરેਂਡਾ ਰੋਡ ਬ੍ਰੈਂਪਟਨ 9054523627 ਇੱਥੋਂ ਤੁਸੀਂ ਪਹੁੰਚ ਕੇ ਗਰਮਾ ਗਰਮ ਫਰੈਸ਼ ਜਿਹੜੇ ਹੈਗੇ ਆ ਜੀ ਵੈਜ ਪਕਵਾਨ ਜਿਹੜੇ ਉਹ ਖਾ ਸਕਦੇ ਹੋ ਤੇ ਨਾਲ ਦੀ ਨਾਲ ਮਠਿਆਈਆਂ ਤਾਂ ਵੀ ਵੱਡੀ ਰੇਂਜ ਇਹਨਾਂ ਦੇ ਕੋਲ ਹੈਗੀ ਆ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਮਠਿਆਈ ਬਣਵਾਉਣੀ ਆ ਬਲਕਿ ਦੇ ਵਿੱਚ ਵਧੀਆ ਰੇਟਾਂ ਦੇ ਉੱਤੇ ਤਾਂ ਤੁਸੀਂ ਪਹੁੰਚ ਹੈਗਾ ਜਸਟ ਵੈਜੀ ਦੇ ਵਿੱਚ ਔਰ ਗੁਰੂ ਘਰ ਦੇ ਵਿੱਚ ਕਿਤੇ ਫੰਕਸ਼ਨ ਹੋਵੇ ਜਾਂ ਮੰਦਿਰ ਦੇ ਵਿੱਚ ਕੋਈ ਫੰਕਸ਼ਨ ਹੋਵੇ ਤਾਂ ਤੁਸੀਂ ਪਿਓਰ ਵੈਜੀਟੇਰੀਅਨ ਜਿਹੜੀ ਕੇਟਰਿੰਗ ਕਰਵਾਉਣੀ ਆ ਤਾਂ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਜਸਟ ਵੈਜੀ ਦੇ ਨਾਲ 905452 3627 ਦੇ ਉੱਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਤੁਸੀਂ ਸਟੀਲ ਰਦਰਫੋਰਡ ਜਾਂ ਫਿਰ ਕুইਨ ਇੰਟਰਸੈਕਸ਼ਨ ਦੇ ਉੱਤੇ ਕਿਤੇ ਵੀ ਹੈਗੇ ਹੋ ਤੇ ਜਸਟ ਵੈਜੀ ਨੂੰ ਤੁਸੀਂ ਗੱਡੀ ਆਪਣੀ ਜਿੱਦ ਜੇ ਹੁਣੇ ਮੋੜ ਸਕਦੇ ਹੋ 284 ਰੋਡ ਔਰੈਂਡਾ ਬ੍ਰੈਂਟਨ ਦੇ ਵਿੱਚ ਲੋਕੇਟਿਡ ਜਸਟ ਵੈਜੀ ਹੈਗੇ ਨੇ ਤੇ ਗੱਲਬਾਤ ਆਪਾਂ ਜੀ ਸ਼ੁਰੂ ਕਰਦੇ ਹੈਗੇ ਆ ਨਾਲ ਦੇ ਨਾਲ ਅ ਕੁਝ ਖਬਰਾਂ ਵਾਲ ਵੀ ਧਿਆਨ ਦੇਵਾਂਗੇ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਕੈਨੇਡੀਅਨ ਖਬਰਾਂ ਜਿਹੜੀਆਂ ਜੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਪ੍ਰੋਗਰਾਮ ਦੇ ਵਿੱਚ ਇੱਕ ਸਾਡੇ ਕਾਲਰ ਦੀ ਆਈ ਹੈਗੀ ਜੀ ਫਰਮਾਇਸ਼ ਬਬੂਮਾਨ ਸਾਹਿਬ ਦਾ ਟਰੈਕ ਜਿਹੜਾ ਹੈਗਾ ਜੀ ਉਹ ਉਹਨਾਂ ਨੇ ਫਰਮਾਇਸ਼ ਕੀਤੀ ਆ ਤੇ ਆਪਾਂ ਉਹ ਟਰੈਕ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇੰਜੋਏ ਕਰਦੇ ਜੀ ਬਬੂਮਾਨ ਸਾਹਿਬ ਦੋ ਵਾਰੀਆਂ ਹੈਗੀਆਂ ਨੇ ਤੇ ਮੈਂ ਇਹਨੂੰ ਡਬਲ ਚੈੱਕ ਕਰਕੇ ਬੰਦ ਕਰਦਾ ਔਰ ਟਰੈਕ ਜਿਹੜਾ ਹੈਗਾ ਜੇ ਆਪਣਾ ਬੱਬੂ ਮਾਨ ਸਾਹਿਬ ਦਾ ਜਿਹੜਾ ਜੀ ਉਹਨੂੰ ਆਪਾਂ ਇੰਜੋਏ ਕਰਦੇ ਆ ਜੋ ਵੀ ਯਾਰੋ ਕੈਸਾ ਇਮਤਿਹਾਨ ਲੈਂਦੀ ਹੈ ਜੋ ਵੀ ਯਾਰੋ ਕੈਸਾ ਕੈਸਾ ਇਮਤਿਹਾਨ ਲੈਂਦੀ ਹੈ ਜੇ ਦੋਸਤੋ ਤੁਸੇ ਜੁੜੇ ਹੋਗੇ ਜੀ ਵਤਨ ਦੂਰ ਪ੍ਰੋਗਰਾਮ ਦੇ ਨਾਲ ਔਰ ਮਾਨਸਾਹਬ ਦਾ ਟਰੈਕ ਤੁਸੀਂ ਇਹ ਬੜਾ ਵਧੀਆ ਇੰਜੋਏ ਕੀਤਾ ਔਰ ਮੈਂ ਵੀ ਮੈਨੂੰ ਲੱਗਦਾ ਅੱਜ ਕਾਫੀ ਟਾਈਮ ਬਾਦ ਇਹ ਟਰੈਕ ਸੁਣਿਆ ਔਰ ਬੜੀ ਹੀ ਸੰਜੀਦਗੀ ਦੇ ਨਾਲ ਔਰ ਬੜੇ ਅੱਛੇ ਬੋਲਾਂ ਦੇ ਵਿੱਚ ਪੁਰੋਇਆ ਹੋਇਆ ਇਹ ਜਿਹੜਾ ਟਰੈਕ ਮਾਨਸਾਹਬ ਦਾ ਚੁੱਪ ਦੇ ਉੱਤੇ ਬਣਿਆ ਹੋਇਆ ਔਰ ਕਹਿੰਦੇ ਹੁੰਦੇ ਹਨ ਜੀ ਕਹਿੰਦੇ ਜਿਹੜੀ ਤੁਹਾਡੀ ਸਫਲਤਾ ਜਿਹੜੀ ਹੈਗੀ ਆ ਉਹ ਉਹ ਬਹੁਤ ਵੱਡਾ ਇੱਕ ਅਨਾਉਂਸਮੈਂਟ ਹੁੰਦੀ ਹੈਗੀ ਆ ਅੱਜ ਕਹਿੰਦੇ ਕਿ ਚੁੱਪ ਕਰਕੇ ਵੀ ਤੁਸੀਂ ਅਗਰ ਸਫਲਤਾ ਵੱਲ ਵਾਧੇ ਹੈਗੇ ਹੋ ਮਿਹਨਤ ਕਰਦੇ ਹੈਗੇ ਹੋ ਤਾਂ ਉਹ ਵੱਡਾ ਇੱਕ ਸ਼ੋਰ ਜਿਹੜਾ ਹੈਗਾ ਉਹ ਤੁਹਾਡੀ ਸਫਲਤਾ ਜਿਹੜੀ ਹੈ ਦਿਖਾਉਂਦੀ ਹੈ ਲੋਕਾਂ ਨੂੰ ਤੇ ਰਮਨ ਚੁੱਪ ਜਿਹੜੀ ਹੈਗੀ ਆ ਜੀ ਮੈਨੂੰ ਲੱਗਦਾ ਕਿ ਕਈ ਜਗ੍ਹਾ ਦੇ ਵਿੱਚ ਵਧੀਆ ਹੁੰਦੀ ਆ ਤੁਹਾਡੇ ਦੋਨਾਂ ਦੇ ਕੀ ਇਹਦੇ ਵਿੱਚ ਵਿਚਾਰ ਹੈਗੇ ਨੇ ਜੀ ਪਵਨ ਜੀ ਗਾਣੇ ਦੀ ਪਹਿਲੀ ਲਾਈਨ ਸੀਗੀ ਚੁੱਪ ਵੀ ਕੈਸਾ ਇਮਤਿਹਾਨ ਲੈਂਦੀ ਆ ਤੇ ਵੈਸੇ ਅਕਸਰ ਕਿਹਾ ਜਾਂਦਾ ਆ ਕਿ ਇੱਕ ਚੁੱਪ ਤੇ 100 ਸੁਖ ਹਾਂਜੀ ਬਹੁਤ ਸਾਰੇ ਲੋਕ ਇਹਦੇ ਬਹੁਤ ਸਾਰੇ मीनिंग ਲੈਂਦੇ ਨੇ ਮੈਂ ਆਡੀਅנס ਨੂੰ ਰਿਕੁਐਸਟ ਕਰਾਂਗਾ ਕਿ ਸਾਡੀ ਕਿ ਉਹ ਆਪਣੇ ਜ਼ਰੂਰ ਇਹਦੇ ਵਿਚਾਰ ਦੇਣ ਸਾਡੇ ਸਟੂਡੀਓ ਦੇ ਨੰਬਰ 905 799 0999 ਤੇ ਜ਼ਰੂਰ ਸਾਨੂੰ ਦੱਸਣ ਕਿ ਇੱਕ ਚੁੱਪ 100 ਸੁਖ ਤੋਂ ਉਹ ਕੀ ਇਹਦਾ ਮਤਲਬ ਸਮਝਦੇ ਨੇ ਤੇ ਜੀ ਨਵਨੀ ਤੁਸੀਂ ਕੀ ਆਈਡੀਆ ਲਗਾਇਆ ਜਦੋਂ ਤੁਸੀਂ ਇਹ ਵਾਲੀ ਗੱਲ ਸਟਾਰਟ ਕੀਤੇ ਰਮਨ ਕਿ ਇੱਕ ਚੁੱਪ 100 ਸੁਖ ਤਾਂ ਮੈਨੂੰ ਇੱਕ ਚੁਟਕਲਾ ਯਾਦ ਆ ਗਿਆ ਕੀ ਬਾਤ ਹੈ ਹਣ ਦਿਓ ਕਹਿੰਦੇ ਇੱਕ ਵਾਰੀ ਇੱਕ ਨੋ ਹੁੰਦੀ ਆ ਜੀ ਤੇ ਇੱਕ ਸਿਆਣੇ ਕੋਲ ਜਾਂਦੀ ਆ ਜੀ ਕਹਿੰਦੇ ਆ ਕਿ ਬਾਬਾ ਜੀ ਕੋਈ ਤਾਂ ਹੱਲ ਕਰੋ ਕਿ ਮੇਰੀ ਸੱਸ ਮੇ ਨਾਲ ਲੜਦੀ ਬਹੁਤ ਆ ਹਾਂਜੀ ਤੇ ਉਹ ਬਾਬਾ ਜੀ ਕੀ ਕਰਦੇ ਆ ਉਹਨਾਂ ਨੂੰ ਲਾਚੀਆਂ ਦਾ ਇੱਕ ਪੈਕਟ ਦੇ ਦਿੰਦੇ ਆ ਠੀਕ ਹੈ ਤੇ ਉਹ ਕਹਿੰਦੇ ਕਿ ਦੱਸ ਦੇਣਾ ਬਾਅਦ ਆਈ ਬੀਬਾ ਤੇ ਉਹ ਜਦੋਂ 10 ਦਿਨ ਬਾਅਦ ਮਤਲਬ ਕਿ ਜਾਂਦੇ ਆ ਤੇ ਨਾਲ ਮਠਿਆਈ ਦਾ ਡੱਬਾ ਉਹ ਕਹਿੰਦੇ ਕਿ ਨਾ ਬਾਬਾ ਜੀ ਇਹ ਤਾਂ ਕੰਮ ਕਰ ਗਿਆ ਤੇ ਉਹ ਕਹਿੰਦੇ ਅੱਛਾ ਮੋਲੇ ਇਦਾਂ ਹੀ ਹੋਣਾ ਸੀਗਾ ਕਿਉਂਕਿ ਬਾਬਾ ਜਿਹੜੇ ਪਹਿਲਾਂ ਕੀ ਕਿਹਾ ਸੀਗਾ ਕੀ ਕਿਹਾ ਸੀਗਾ ਕੀ ਕਿਹਾ ਸੀਗਾ ਕਹਿੰਦੇ ਕਿ ਜਦੋਂ ਵੀ ਤੇਰੀ ਸੱਸ ਬੋਲੇ ਉਦੋਂ ਤੂੰ ਮੂੰਹ 'ਚ ਲਾਚੀ ਪਾ ਲੈਣੀ ਆ ਸੀ ਤੇ ਫਿਰ ਹੁਣ ਤੁਸੀਂ ਕੀ ਸਮਝੇਰ ਤੋਂ ਇਹ ਤਾਂ ਮੈਂ ਤਾਂ ਇਹ ਸਮਝਿਆ ਵੀ ਜਦੋਂ ਉਹ ਲੜਾਈ ਕਰਦੀ ਹੋਊਗੀ ਤੇ ਉਹ ਪੈਕੇਟ ਚੋਂ ਇੱਕ ਇਲਾਚੀ ਕਢੀ ਆਪਣੇ ਮੂੰਹ ਚ ਪਾ ਲੈਂਦੀ ਹੋਊਗੀ ਤੇ ਜਦੋਂ ਇੱਕ ਜਣਾ ਲੜਾਈ ਕਰਦਾ ਤੇ ਦੂਜੇ ਜਣਾ ਨਾ ਬੁੱਲੇ ਤੇ ਫਿਰ ਆਪੇ ਸ਼ਾਂਤੀ ਆ ਮੈਨੂੰ ਲੱਗਦਾ ਹੁਣ ਸਿਆਣੇ ਦੀ ਨਹੀਂ ਸਾਨੂੰ ਲਾਚੀਆਂ ਵਾਲੇ ਪਾਸ ਜਾਣਾ ਜਾਣਾ ਚਾਹੀਦਾ ਜੀ ਪਾਪਾ ਜੀ ਤੁਹਾਨੂੰ ਕੀ ਲੱਗਦਾ ਵੀ ਇਲਾਚੀਆਂ ਖਾਣੀਆਂ ਚਾਹੀਦੀਆਂ ਨੇ ਇਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਕਿਤੇ ਨੋਂ ਨੇ ਜਿਹੜੀ ਹੈਗੀ ਇਲਾਚੀ ਆਪ ਖਾ ਲਈ ਜਾਂ ਫਿਰ ਸੱਸ ਦੇ ਮੂੰਹ ਚ ਪਾਈ ਆਪਣੇ ਮੂੰਹ ਚ ਪਾਈ ਸਰ ਅੱਛਾ ਇਦਾਂ ਵੀ ਹੋ ਜਾਂਦਾ ਨੇ ਬੰਦੇ ਕਹਿੰਦੇ ਵੀ ਦੂਸਰੇ ਦੇ ਮੂੰਹ ਚ ਪਾ ਦਿਓ ਇਲਾਚੀ ਤੇ ਫ ਫਿਰ ਤੁਸੀਂ ਤਾਂ ਉਹ ਹੀ ਗਲਗਰਤੀ ਇੱਕ ਹੁਣਰ ਚ ਉਪਰ ਰਹਿੰਦਾ ਤੇ ਇੱਕ ਐਬਾ ਕਹਿ ਦੇਂਦਾ ਹਾਂ ਇਹ ਤਾਂ ਫਿਰ ਬੰਦਾ ਨਾ ਚੁੱਪ ਰਹਿਣਾ ਹਟਦਾ ਨਾ ਬੰਦਾ ਕਹਿਣਾ ਹਟਦਾ ਸਹੀ ਗੱਲ ਹੈ ਨਾ ਵੀ ਬੰਦਾ ਪਰ ਦੂਸਰੇ ਬੰਦੇ ਨੂੰ ਵੀ ਬੰਦਾ ਬਿਜ਼ੀ ਕਰਦੇ ਹੋ ਕਿਸੇ ਹੋਰ ਤਰੀਕੇ ਦੇ ਨਾਲ ਜਾਂ ਅਗਲੇ ਨੂੰ ਕਹ ਵੀ ਤੁਸੀਂ ਆ ਜਿਹੜੇ ਹੈਗੇ ਬਿਲਕੁਲ ਬਿਲਕੁਲ ਔਰ ਇਦਾਂ ਹੀ ਆ ਜੀ ਕਈ ਕਈ ਵੇਲੇ ਆਪਾਂ ਇਹਨਾਂ ਚੀਜ਼ਾਂ ਨੂੰ ਸੋਚਦੇ ਹੈਗੇ ਆਂ ਔਰ ਵਿਚਰਦੇ ਆਂ ਔਰ ਸਮ ਟਾਈਮ ਇੱਕ ਸਿਉਣਾ ਕਹਿੰਦੇ ਆ ਵੀ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਜੇ ਚੁੱਪ ਰਹਿਣ ਦਾ ਫਾਇਦਾ ਹੁੰਦਾ ਤੇ ਉੱਥੇ ਚੁੱਪ ਰਹਿ ਲੈਣਾ ਚਾਹੀਦਾ ਤੇ ਜਿੱਥੇ ਬੋਲਣ ਦਾ ਫਰਜ਼ ਬਣਦਾ ਉੱਥੇ ਬੋਲਣਾ ਵੀ ਜ਼ਰੂਰ ਚਾਹੀਦਾ ਜੀ ਕਿਉਂਕਿ ਪਵਨ ਜੀ ਰਿਸ਼ਤੇ ਬਹੁਤ ਹੀ ਨਾ ਬੋਲਣ ਦੇ ਨਾਲ ਟੁੱਟ ਵੀ ਜਾਂਦੇ ਨੇ ਤੇ ਇੱਕ ਚੁੱਪ ਦੇ ਨਾਲ ਜੁੜ ਵੀ ਜਾਂਦੇ ਨੇ ਹਾਂਜੀ ਬਿਲਕੁਲ ਸਹੀ ਹੈ ਇਹ ਗੱਲ ਤੇ ਤਾਂ ਹੀ ਮੇਰੇ ਖਿਆਲ ਚ ਲੋਕ ਕਹਿੰਦੇ ਨੇ ਵੀ ਜਿੱਥੇ ਚੁੱਪ ਰਹਿ ਸਕੇ ਨਾ ਬੰਦਾ ਉੱਥੇ ਚੁੱਪ ਰਹਿਣਾ ਚਾਹੀਦਾ ਹੈ ਕਿਉਂਕਿ ਇੱਕ ਚੁੱਪ ਦੇ ਨਾਲ ਸਾਡੀ ਬਹੁਤ ਚੀਜ਼ਾਂ ਸੁਧਰ ਜਾਂਦੀਆਂ ਨੇ ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਜਿਹੜੇ ਬੱਚੇ ਹੁੰਦੇ ਨੇ ਨਾ ਉਹ ਵੱਡਿਆਂ ਦੀ ਗੱਲ ਨਹੀਂ ਸੁਣਦੇ ਉਹਨਾਂ ਨੂੰ ਲੱਗਦਾ ਕਿ ਅਸੀਂ ਸਹੀ ਹਾਂ ਤੇ ਜਿਹੜੇ ਵੱਡੇ ਸਾਨੂੰ ਸਮਝਾ ਰਹੇ ਨੇ ਉਹ ਗਲਤ ਆ ਔਰ ਇਹ ਜ਼ਿਆਦਾਤਰ ਹੈਪਨ ਹੁੰਦਾ ਹੈ ਟੀਨੇਜ ਦੇ ਵਿੱਚ ਟੀਨੇਜ ਦੇ ਵਿੱਚ ਬੱਚੇ ਸਮਝਦੇ ਨੇ ਕਿ ਵੀ ਆਰ ਪਰਫੈਕਟ ਐਂਡ ਆਵਰ ਪੇਰੈਂਟਸ ਆਰ ਰੋਂਗ ਸਹੀ ਹੈ ਆਵਰ ਪੇਰੈਂਟਸ ਆਵਰ ਟੀਚਰਸ ਆਵਰ ਮੈਂਟਰ ਬਿਲਕੁਲ ਹਾਂ ਬਿਲਕੁਲ 18 ایج ਦੀ ਗੱਲ ਤਾਂ ਚਲੋ ਹੈਗੀ ਆ ਪਰ ਜਦੋਂ ਬੱਚੇ ਵੱਡੇ ਹੁੰਦੇ ਨੇ ਫੇਰ ਵੀ ਕਿਤਨਾ ਕਿਤੇ ਸਮਝਦੇ ਨੇ ਪਰ ਜਦੋਂ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈ ਕਿ ਵਾਕਈ ਸਾਡੇ ਪੇਰੈਂਟ ਸਹੀ ਸੀ ਫੇਰ ਜਾ ਕੇ ਉਹ ਦੂਜਿਆਂ ਨੂੰ ਸਮਝਾਉਂਦੇ ਨੇ ਪਰ ਦੂਜੇ ਫੇਰ ਇਹੀ ਗਲਤੀ ਕਰਦੇ ਨੇ ਤੇ ਗੱਲ ਫੇਰ ਉੱਥੇ ਹੀ ਮੜਮੜ ਕੇ ਆ ਜਾਂਦੀ ਆ ਤੇ ਕਿਉਂ ਨਾ ਇਸ ਚੀਜ਼ ਨੂੰ ਪਹਿਲਾਂ ਸਮਝਿਆ ਜਾਵੇ ਬਿਲਕੁਲ ਅਮਨ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਪਰ ਪੇਸ਼ੈਂਸ ਵੀ ਹੋਣਾ ਚਾਹੀਦੇ ਆ ਪਰ ਅੱਜ ਕੱਲ ਦਾ ਜ਼ਮਾਨਾ ਦੇ ਮੈਨੂੰ ਲੱਗਦਾ ਕਿ ਇਦਾਂ ਆ ਜੀ ਆਪਾਂ ਕਾਲ ਲੈ ਲੈਂਦੇ ਆ ਜੀ ਤੁਜੀ ਹਾਂ ਸਾਡੇ ਕਾਲਰ ਸਾਡੇ ਨਾਲ ਜੁੜ ਗਏ ਚੁਕੇ ਨੇ ਜੀ ਸਵਾਗਤ ਹੈ ਤੁਹਾਡਾ ਵਤਨੋਂ ਦੂਰ ਪ੍ਰੋਗਰਾਮ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕੁਝ ਗਰਵਾਣੀ ਵੀ ਕਹਿੰਦੀ ਪਰ ਮੈਂ ਇਹ ਕਹਿਣਾ ਨਹੀਂ ਚਾਹੁੰਦੀ ਗਰਵਾਣੀ ਚੋ ਕਹਿੰਦੇ ਪਹਿਲਾਂ ਸੁਣ ਕੋਈ ਸੁਣੀਏ ਕੁਝ ਕਹੀਏ ਸੁਣ ਕੇ ਫਿਰ ਸੋਚ ਕੇ ਕਹੋ ਇਹ ਹੈਗਾ ਜਿੱਤੇ ਬੋਲਣਾ ਚੱਲੇ ਉਸ ਤੇਰੀ ਚੁੱਪ ਜੀ ਬਹੁਤ ਹੈ ਕੋਈ ਗੱਲ ਨਾ ਮਗਰੀ ਪੈ ਜਾਏ ਫਿਰ ਚੁੱਪ ਰਹਿ ਜਾਓ ਇਹ ਚੁੱਪ ਹੋ ਜਾਂਦੀ ਹੈ ਇੱਕ ਚੁੱਪ ਹੀ ਤੇ ਮਗਰੀ ਇੱਕ ਚੁੱਪ ਇੱਕ ਪਿੰਡਾਂ ਦੇ ਵਿੱਚ ਬਰਾਨੇ ਜਵਾਨਿਆਂ 'ਚ ਗੰਮੀ ਗੱਲ ਹੋ ਜਾਣੀ ਹੁਣ ਗੁੜੀ ਹੁਣੀ ਕਹਿਣਾ ਰੋਜ਼ ਕਿਸੇ ਨਾਲ ਲੜਦੀ ਆ ਇੱਕ ਦਿਨ ਉਹ ਕਹਿੰਦੀ ਮੈਂ ਕੀ ਕਰਾਂ ਉਹ ਕਹਿੰਦੀ ਤੂੰ ਇਦਾਂ ਘਰ ਧਾਣੇ ਭਾਂਕੇ ਰੱਖ ਲਾ ਚਰਖਾ ਕੱਤਦੀ ਜਦੋਂ ਬੋਲੇ ਇੱਕ ਮੂੰਹ ਚ ਦਮ ਨਹੀਂ ਪਾਰੀ ਇਹਦਾ ਹੁਣ ਇਹਦਾ ਸਕੇਟੀ ਵੀ ਵੀ ਤੇ ਉਸ ਹੋਏ ਕਹਿੰਦੀ ਤਾਂ ਤਾਂ ਕਹਿੰਦੀ ਹਾਂ ਕਿਸੇ ਸਾਰਿਆਂ ਨੂੰ ਹਰਾ ਕੇ ਹੁਣ ਵੀ ਮੈਂ ਜਿੱਤੇ ਹੋਣੀ ਆ ਵੀ ਕੋਈ ਮੂਰੇ ਬੋਲਣ ਨੂੰ ਹਰਦੀ ਤੂੰ ਤਾਂ ਬੜੀ ਬੀਬੀ ਚੰਗੀ ਨਹੀਂ ਕਹੀ ਤਾਂ ਇਹ ਪੁਰਾਣੀਆਂ ਗੱਲਾਂ ਵੀ ਇਸ ਤਰ੍ਹਾਂ ਕਰਦੇ ਸੀਗੇ ਜਿਵੇਂ ਸੁਣਿਆ ਹੈ ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਵਧੀਆ ਜਿਹੜੇ ਜੀ ਵਿਚਾਰ ਦਿੱਤੇ ਹੈਗੇ ਨੇ ਜੀ ਸਾਡੇ ਅਗਲੇ ਕਾਲਰ ਲਾਈਨ ਤੇ ਹੈਗੇ ਨੇ ਜੀ ਸਵਾਗਤ ਹੈ ਜੀ ਆਪ ਜੀ ਦਾ ਸਸਕਾਰ ਪਰਿਨਿਗੀ ਸੰਸਸਕਾਰ ਹਾਂ ਤੁਸੀਂ ਜਿਹੜੀ ਗੱਲ ਕਰਦੇ ਕਹਿੰਦੇ ਜਿਹੜੇ ਚੋਪਿਆ ਚੋਪੀ ਬੰਦੇ ਮਾਰੀ ਗਾ ਰਾਈਟ ਹਾਂ ਤੇ ਜਿਹੜੀ ਹੁਣ ਕਹਿੰਦੇ ਥੇ ਅਸੀਂ ਸਵਾਲਾਂ ਦੇ ਕੱਚਾ ਫੁੱਟਾ ਫੁੱਟੀ ਵੀ ਮਾਰੀ ਮਾਰੀ ਮਤਲਬ ਇਹ ਆਪੇ ਅਗਲਾ ਜਿੰਨਾ ਚੋਪੀ ਉਹਨੂੰ ਜਿਆਦਾ ਸਹਿਰਾਟ ਹੁੰਦਾ ਆ ਜਿੱਥੇ ਬੋਲਣ ਦਾ ਟਾਈਮ ਤੇ ਬੋਲੇ ਜਿੱਥੇ ਸੁਣਨ ਦਾ ਟਾਈਮ ਤੇ ਚੁੱਪ ਕਰ ਜਾਵੇ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਕਿ ਹੈਨਾ ਤੇ ਇਸ ਕਰਕੇ ਇਹ ਬਾਰਾਂਵੀ ਨਹੀਂ ਮਤਲਬ ਤੁਹਾਨੂੰ ਪਤਾ ਹੀ ਹੈ ਬਈ ਅਗਲੇ ਅਗਲੇ ਸਹਿਰਾਟ ਹੁੰਦੇ ਆ ਹਾਂਜੀ ਉਹ ਅਗਲਾ ਜਿਹੜਾ ਹੁੰਦਾ ਬੇਪੂਖ ਨਹੀਂ ਹੁੰਦਾ ਸੋਚਿਆ ਉਹ ਵੀ ਪੜਿਆ ਲਿਖਿਆ ਹੁੰਦਾ ਸਮਝਦਾ ਹੁੰਦਾ ਅਕਲਵਾਰ ਹੁੰਦਾ ਇਹ ਇਹ ਜਿਹੜੀ ਟੈਨਸ਼ਨ ਹੈ ਟੈਨਸ਼ਨ ਨੇ ਬੰਦੇ ਬਿਮਾਰੀਆਂ ਲਾ ਦੀਆਂ ਫਿਰ ਬੰਦੇ ਬਿਮਾਰੀਆਂ ਲਾ ਦੀਆਂ ਫਿਰ ਦੇਖਣਾ ਬੰਦਰ ਕਹਿੰਦੇ ਸੋਚਿਆ ਵੇ ਉਹ ਹੀ ਬੰਦਾ ਕਰਦਾ ਕਰੂਗਾ ਜਿਹਨੇ ਬੋਲੂਗਾ ਕਹਿੰਦੇ ਜਿਹਦੇ ਢੋਲ ਵੱਜਦਾ ਉਹ ਹੀ ਵਜਾਊਗਾ ਜੀ 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 ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਔਰ ਇਹ ਚੀਜ਼ਾਂ ਆਪਾਂ ਆਮ ਦੇਖਦੇ ਆ ਸੁਣਦੇ ਆ ਔਰ ਵਿਚਰਦੇ ਆਪਾਂ ਇਹਦੇ ਵਿੱਚ ਪਰ ਨਾਲ ਇਹ ਦੇਖੋ ਜੋ ਮੇਰਾ ਕਹਿਣਾ ਮੈਂ ਮਾਫ ਕਰਨਾ ਜੋ ਬਾਪੇ ਕਾਦੇ ਉਹ ਨਿਆਣੇ ਕਰਦੇ ਆ ਇਹ ਨਹੀਂ ਵੀ ਜ਼ਰੂਰੀ ਨਾ ਕਿ ਨਿਆਣੇ ਕਰਦੇ ਇਹ ਕੁਦਰਤ ਹੀ ਹੁੰਦਾ ਸਿੱਖ ਸਿੱਖ ਕੇ ਜੀ ਮੈਂ ਤਾਂ ਗਾਣਾ ਗਾਣਾ ਸਨਾਰਤੀ ਹੋਣਗੇ ਤੇ ਬੱਚੇ ਵੀ ਸ਼ਰਾਰਤੀ ਹੁੰਦੇ ਜੀ ਇਹ ਕਹਿੰਦੇ ਹੁੰਦੇ ਸੁਣਿਓ ਦੇਖੋ ਜਿਹੋ ਜੇ ਕੋਕੋ ਹੋਜ ਕੋਕੋ ਬੱਚੇ ਸਾਰੇ ਕੋਜੇ ਨਹੀਂ ਹੁੰਦੇ ਮੇਰਾ ਕਹਿਣਾ ਤਲਾ ਠੀਕ ਹੈ ਠੀਕ ਹੈ ਤੇ ਦੂਜੇ ਮੈਨੂੰ ਕਹਿਣਾ ਗਾਣਾ ਸੁਣਾ ਦਿਓ ਉਹ ਹੈਗਾ ਕੁੰਡਾ ਚਟਨੀ ਸਿਰ ਕੁੰਡਾ ਦਾਸ ਹੁੰਦਾ ਸੀ ਅੱਛਾ ਜੀ ओके थैंक यू थैंक यू जी थैंक यू सो मच और देखो बहुत बढ़िया जेड़े जे ਸਾਡੇ ਲਿਸਨਰ ਹੈਗੇ ਨੇ ਉਹਨਾਂ ਨੇ ਵਧੀਆ ਜਿਹੜੀਆਂ ਗੱਲਬਾਤ ਕੀਤੀ ਜੀ ਰਮਨ ਤੁਸੀਂ ਕੁਝ ਕਹਿ ਰਹੇ ਸੀਗੇ ਜੀ ਪਾਪਾ ਜੀ ਮੈਨੂੰ ਤਾਂ ਇਹਨਾਂ ਦੀ ਗੱਲ ਸੁਣ ਸੁਣ ਰਹੀ ਸੀ ਮੈਂ ਕਹਿੰਦੇ ਜਿਹੋ ਜੇ ਕੋਕੂ ਆ ਜੇ ਕੋਕੋ ਦੇ ਬੱਚੇ ਹਾਂ ਓਈ ਗੱਲ ਆ ਗਈ ਨਾ ਵੀ ਜਿਵੇਂ ਤਾਂ ਗਿਆਨ ਅਸੀਂ ਦੇਵਾਂਗੇ ਤੇ ਉਮੀਦ ਹੈ ਸਾਡੇ ਬੱਚੇ ਹੋਣਗੇ ਜੀ ਨਵਨੀ ਤੁਹਾਨੂੰ ਕੀ ਲੱਗਦਾ ਬਿਲਕੁਲ ਮੈਨੂੰ ਇਦਾਂ ਦਾ ਪਾਪਾ ਜੀ ਮਾਈਕ ਮਾਈਕ ਹਾਂਜੀ 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 ਰਮਨ ਮੈਨੂੰ ਵੀ ਇਹਦੇ ਲੱਗਦਾ ਕਿ ਜਿੱਦਾਂ ਦੀ ਕੋਕੋ ਕਹਿੰਦੇ ਕੋਕੋ ਦੇ ਉਹਦੇ ਬੱਜੇ ਅਸੀਂ ਵੀ ਆਪਣੇ ਮੰਮਾ ਨੂੰ ਕਦੇ-ਕਦੇ ਜਦੋਂ ਉਹਨਾਂ ਵਾਂਗੂ ਕਰੀਦਾ ਹੈ ਨਾ ਮੰਮਾ ਕਰਕੇ ਪਤਾ ਨਹੀਂ ਕਿੱਥੇ ਚਲ ਗਿਆ ਸੀ ਜਿਹੋ ਜਿਹੀ ਕੋਕੋ ਉਹ ਜਿਹੇ ਕੋਕੋ ਦੇ ਬੱਜੇ ਦੋਪਹਿਰਾਂ ਜਿੰਝ ਆ ਜਾਂਦੀ ਹੈ ਪਰ ਜੇ ਚੁੱਪ ਦੇ ਅਸੀਂ ਗੱਲ ਕਰੀਏ ਤਾਂ ਫਿਰ ਉਹ ਸਹੀ ਹੈ ਸਿਆਣਾ ਬੰਦਾ ਅੱਜ ਦੇ ਡੇਟ 'ਚ ਉਹੀ ਆ ਜਿਹੜਾ ਸੋਚ ਸਮਝ ਕੇ ਬੋਲਦਾ ਥਿੰਕ ਬਿਫੋਰ ਯੂ ਸਪੀਕ ਇੱਕ ਕਿਸ ਨੇ ਸਹੀ ਕਿਹਾ ਹੈ ਕਿ ਜੋ ਪਹਿਲਾਂ ਤੋਲੀਏ ਫਿਰ ਬੋਲੀਏ ਬਿਲਕੁਲ ਕੀ ਬਾਤ ਹੈ ਬਿਲਕੁਲ ਬਹੁਤ ਵੱਡੀਆਂ ਕਈ ਵਲੇ ਕਹਿੰਦੇ ਹੁੰਦੇ ਨੇ ਜੀ ਜ਼ੁਬਾਨ ਇੱਕ ਇਹੋ ਜੀ ਚੀਜ਼ ਹੈਗੀ ਛੋਟੀ ਜਿਹੀ ਆ ਪਰ ਪਵਾੜੇ ਬਹੁਤ ਵੱਡੇ ਵੱਡੇ ਪਾ ਦਿੰਦੀ ਆ ਜੀ ਇੱਕ ਜ਼ੁਬਾਨ ਤੇ ਮੁਹਾਵਰੇ ਉਹ ਬੁਜਾਰਤ ਵੀ ਸੀਗੀ ਮੈਨੂੰ ਲੱਗਦਾ ਗੁਰਪ੍ਰਤਾਪ ਸਰ ਜੀ ਨੂੰ ਜ਼ਿਆਦਾ ਪਤਾ ਹੋਊਗਾ ਉਸ ਚੀਜ਼ ਬਾਰੇ अच्छा ਜੀ ਜੇ ਬਣੀ ਆਪਾਂ ਉਹਨਾਂ ਨੂੰ ਵੀ ਦੁਬਾਰਾ ਜਿਹੜਾ ਜੀ ਲਾਈਨ ਤੇ ਲੈ ਕੇ ਆਉਨੇ ਹੈਗੇ ਆ ਕੋਈ ਚੱਕਰ ਨਹੀਂ ਪਵਨ ਜੀ ਮੈਨੂੰ ਇਦਾਂ ਦੱਸੋ ਵੀ ਕਹਿੰਦੇ ਚੁੱਪ ਰਹਿਣਾ ਇੱਕ ਸਾਧਨਾ ਹੋ ਸਕਦੀ ਆ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਇਸ ਗੱਲ 'ਚ ਤੁਹਾਨੂੰ ਕਿੰਨੀ ਕਿ ਸੱਚਾਈ ਲੱਗਦੀ ਕਿੰਨੀ ਕਿ ਸਹੀ ਲੱਗਦੀ ਏ ਗੱਲ ਨਹੀਂ ਨਹੀਂ ਬਿਲਕੁਲ ਰਮਨ ਬਹੁਤ ਹੀ ਇੰਪੋਰਟੈਂਟ ਜਿਹੜੀ ਇਹ ਜੇ ਗੱਲ ਹੈਗੀ ਆ ਆਪਾਂ ਆਮ ਤੌਰ ਤੇ ਦੇਖਦੇ ਆਂ ਬਈ ਕਿਸੇ ਵੇਲੇ ਜਦੋਂ ਕਿਸੇ ਚਾਰ ਬੰਦਿਆਂ 'ਚ ਬੈਠੇ ਆਂ ਜਾਂ ਵੈਸੇ ਵੀ ਕਿਸੇ ਘਰ ਪਰਿਵਾਰ 'ਚ ਵੈਸੇ ਵੀ ਜਿਹੜੀ ਤੁਹਾਡਾ ਜਿਹੜਾ ਵਿਅਕਤੀਤਵ ਹੈਗਾ ਆ ਜਿਵੇਂ ਆਪਾਂ ਹੁਣੇ ਗੱਲ ਕੀਤੀ ਨਵਨੀਤ ਨੇ ਵੀ ਪਹਿਲਾਂ ਤੋਲੋ ਫਿਰ ਬੋਲੋ ਨਾ ਇਹ ਬਹੁਤ ਵੱਡਾ ਵਧੀਆ ਫਾਰਮੂਲਾ ਹੈਗਾ ਇਹ ਸਿਆਣਿਆਂ ਨੇ ਐਵੇਂ ਨਹੀਂ ਇਹ ਗੱਲਾਂ ਬਣਾਈਆਂ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮਹਿਫਲ ਦੇ ਵਿੱਚ ਜਾਂ ਕਿ ਘਰ ਦੇ ਵਿੱਚ ਜਾਂ ਕਿਸ ਸਬਜੈਕਟ ਦੇ ਵਿੱਚ ਕਿੰਨਾ ਕੁ ਯੋਗਦਾਨ ਪਾਉਣਾ ਆ ਆ ਕਈ ਵੇਲੇ ਆਮ ਤੌਰ ਤੇ ਇਹ ਦੇਖਿਆ ਜਾਂਦਾ ਕਿ ਸਮ ਟਾਈਮ ਆਪਾਂ ਨੂੰ ਪਤਾ ਨਹੀਂ ਹੁੰਦਾ ਕਿਸੇ ਗੱਲ ਦਾ ਜਾਂ ਫਿਰ ਇੱਕ ਚਾਰ ਬੰਦਿਆਂ ਚ ਬੈਠੇ ਹੈ ਕਿ ਨੇ ਜੀ ਉਹਨਾਂ ਨੂੰ ਅਕਾਲ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਆਪਣਾ ਕੋਈ ਫੀਡਬੈਕ ਦੇ ਦੇਵਾਂ ਜਾਂ ਗੱਲ ਨੂੰ ਹੀ ਚੇਂਜ ਕਰ ਦੇਵਾਂ ਜਾਂ ਫਿਰ ਆਪਾਂ ਇਹਨੂੰ ਜੇ ਹੋਰ ਲਾਈਟਰ ਨੋਟ ਤੇ ਲੈਣੇ ਹੈਗੇ ਆ ਤੇ ਕਿਸੇ ਵੇਲੇ ਸ਼ਾਇਦ ਕਹਿੰਦੇ ਨੇ ਵੀ ਚਾਰ ਬੰਦੇ ਬੈਠੇ ਗੱਲਾਂ ਕਰ ਰਹੇ ਆ ਤੇ ਪਤਾ ਨਹੀਂ ਕਿਹੜੀ ਗੱਲੋਂ ਲੜਾਈ ਹੋ ਜਾਂਦੀ ਆ ਉਹ ਆਫੈਂਸਿਵ ਲੈਂਗੁਏਜ ਹੋ ਜਾਂਦੀ ਆ ਆਪਾਂ ਕਿਸੇ ਨੂੰ ਮਿਹਣਾ ਮਾਰ ਦਿੰਨੇ ਆ ਕਿਸੇ ਦੇ ਦਿਲ ਤੇ ਗੱਲ ਲੱਗ ਜਾਂਦੀ ਆ ਸੋ 100 ਇਹ ਜਿਹੜੀਆਂ ਗੱਲਾਂ ਹੈਗੀਆਂ ਨੇ ਔਰ ਇਹ ਚੁੱਪ ਤੇ ਬੋਲਣਾ ਮੈਨੂੰ ਲੱਗਦਾ ਦੋਨੇ ਹੀ ਇੱਕ ਦੂਜੇ ਦੇ ਨਾਲ ਜੁੜੇ ਹੋਏ ਹੈਗੇ ਨੇ ਔਰ ਬਾਕੀ ਸੰਧੂ ਸਾਹਿਬ ਸਾਡੇ ਨਾਲ ਦੁਬਾਰਾ ਆਏ ਹੈਗੇ ਨੇ ਆਪਾਂ ਇਹਨਾਂ ਤੋਂ ਵੀ ਗੱਲਬਾਤ ਕਰਦੇ ਹਾਂ ਜੀ ਸਵਾਗਤ ਹੈ ਤੁਹਾਡਾ ਗੁਰਪ੍ਰੰਤਪੰਤ ਜੀ ਹਾਂ ਜੀ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਤਿ ਸ਼੍ਰੀ ਅਕਾਲ ਸਾਡੇ ਸਾਰੇ ਸਰੋਤਿਆਂ ਨੂੰ ਜਿਹੜੇ ਸਾਨੂੰ ਰੇਡੀਓ ਤੇ ਸਾਨੂੰ ਟੀਵੀ ਤੇ ਸਾਨੂੰ ਗੱਡੀਆਂਾਂ 'ਚ ਟਰੱਕਾਂ 'ਚ ਸੁਣ ਰਹੇ ਨੇ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਅੱਜ ਦਾ ਟੌਪਿਕ ਬੜਾ ਇੰਪੋਰਟੈਂਟ ਚੁੱਪ ਦਾ ਹਾਂ ਚੁੱਪ ਦੀ ਜੇ ਮੈਂ ਗੱਲ ਕਰਾਂ ਭਾਜੀ ਤੇ ਚੁੱਪ ਰਹਿਣਾ ਹੈ ਤਾਂ ਕੰਮ ਔਖਾ ਬਹੁਤ ਜਿਆਦਾ ਔਖਾ ਹਾਂਜੀ ਕੋਈ ਤੁਹਾਨੂੰ ਮੂੰਹ ਤੇ ਕਹਿੰਦੇ ਆ ਤਾੜ ਫਾੜ ਤੇ ਤੁਹਾਨੂੰ ਚੁੱਪ ਰਹਿਣਾ ਬਹੁਤ ਔਖਾ ਜਾਂਦਾ ਪਰ ਮੈਂ ਜੋ ਐਨਲਿਸਿਸ ਕੀਤਾ ਜਿੰਦਗੀ ਦੇ ਵਿੱਚ ਕਈ ਵਾਰੀ ਕਿਹਾ ਤੁਹਾਡੇ ਜਿਹੜੇ ਵੱਡੇ ਨੇ ਤੁਹਾਡੇ ਜਿਹੜੇ ਪ੍ਰੇਮੀ ਵੀ ਨੇ ਪਿਆਰੇ ਵੀ ਨੇ ਤੁਹਾਨੂੰ ਕੁਝ ਸਮਝਾ ਰਹੇ ਨੇ ਕੋਈ ਗੱਲਬਾਤ ਕਰ ਰਹੇ ਨੇ ਤੇ ਤੁਹਾਡੇ ਮਾਈਂਡ ਜਨਾ ਉਸੇ ਵੇਲੇ ਗੱਲ ਸਟ੍ਰਾਈ ਚੱਲ ਜਾਂਦੀ ਦੀ ਵੀ ਇਹਨਾਂ ਨੂੰ ਪਤਾ ਨਹੀਂ ਮੈਨੂੰ ਜੋ ਪਤਾ ਉਹ ਬੈਸਟ ਹੈ ਹਾਂ ਇਕ ਨਾ ਇਹ ਕਹ ਲਓ ਕਿ ਜਦੋਂ ਆਪਾਂ ਆਪਣੇ ਵੱਡਿਆਂ 'ਗੇ ਬੋਲ ਲੈਨੇ ਆ ਜੀ ਉਹਦੇ ਨਾਲ ਉਹਨਾਂ ਦੀ ਰਿਸਪੈਕਟ ਵੀ ਆਪਾਂ ਖਤਮ ਕਰਤੀ ਹਾਂ ਠੀਕ ਹੋ ਗਿਆ ਜੀ ਸਭ ਤੋਂ ਵੱਡੀ ਜਿਹੜੀ ਚੀਜ਼ ਆ ਕੋ ਚੁੱਪ ਰਹਿਣ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਹਾਰ ਗਏ ਹਾਂ ਜੀ ਚੁੱਪ ਰਹਿ ਕੇ ਵੀ ਤੁਸੀਂ ਚੁੱਪ ਰਹਿ ਕੇ ਵੀ ਜਿੱਤ ਜਾਂਦੇ ਆ ਜਦੋਂ ਤੁਸੀਂ ਆਪਣੀ ਵੱਡਿਆਂ ਦੀ ਰਿਸਪੈਕਟ ਨੂੰ ਬਰਕਰਾਰ ਰੱਖਦੇ ਆ ਕੀ ਬਾਤ ਹੈ ਮੈਂ ਇਹਦੇ ਨਾਲ ਇੱਕ ਛੋਟੀ ਜੀ ਕਹਾਣੀ ਤੁਹਾਨੂੰ ਸੁਣਾਉਣਾ ਹਾਂਜੀ ਹਾਂਜੀ ਮੇਰੇ ਚਾਚਾ ਜੀ ਤੇ ਮੇਰੇ ਤਾਇਆ ਜੀ ਇਹਨਾਂ ਦੇ ਗਾਂ ਦੋ ਦੋ ਬੱਚੇ ਨੇ ਤੇ ਇੱਕ ਵਾਰ ਕੀ ਹੋਇਆ ਕਿ ਚਾਚਾ ਜੀ ਨੂੰ ਪਤਾ ਲੱਗਾ ਵੀ ਤਾਇਆ ਜੀ ਦਾ ਜਿਹੜਾ ਬੇਟਾ ਆ ਉਹਨੇ ਕੋਈ ਗਲਤੀ ਕੀਤੀ ਆ ਹਾਂ ਔਰ ਉਹ ਘਟੋ ਘਟ ਮਿਲੋ ਲੈ ਲੋ ਕਿ ਚਾਚਾ ਜੀ ਦੇ ਆਲਮੋਸਟ ਨੀਅਰ ਬਰਾਬਰ ਸੀਗਾ ਕਿਉਂਕਿ ਚਾਚਾ ਜੀ ਜਿਹੜੇ ਸੀਗੇ ਉਹ ਕਾਫੀ ਛੋਟੇ ਸੀਗੇ ਤਾਇਆ ਜੀ ਨਾਲੋਂ ਹਾਂਜੀ ਹਾਂਜੀ ਸੋ ਪਤਾ ਲੱਗਾ ਵੀ ਗਲਤੀ ਬੜੀ ਵੱਡੀ ਕੀਤੀ ਆ ਹਾਂ ਚਾਚਾ ਜੀ ਗਏ ਗੁੱਸੇ 'ਚ ਹਾਂ ਵੀ ਮੇਰੇ ਪਤੀਜੇ ਨੇ ਵੀ ਆ ਕੰਮ ਖਰਾਬ ਕਰਦਾ ਯਾਰ ਹਾਂ ਤੇ ਜਾਂਦੇ ਚਾਚਾ ਜੀ ਨੇ ਕੱਢ ਚ ਪੀਟ ਮਾਰੀ ਹਾਂ ਹਾਂ ਅੱਜ ਦੇ ਜਵਾਨੀ ਸਾਂ ਇਹ ਪੋਸੀਬਲ ਨਹੀਂ ਹਨਾ ਹਾਂਜੀ ਹਾਂਜੀ ਚਾਚਾ ਜੀ ਕਹਿੰਦੇ ਵੀ ਅੱਜ ਪੇੜ ਮਾਰਦੇ ਦੀ ਬਾਅਦ ਮੈਂ ਪਛਤਾਇਆ ਵੀ ਕਹਿੰਦੇ ਜੀ ਅੱਗੋਂ ਮੈਨੂੰ ਗੱਲ ਪੈ ਜਈ ਤੇ ਹਾਂ ਪਰ ਉਹ ਉਹ ਉਹਨਾਂ ਨੇ ਆ ਕੇ ਅੱਜ ਤੱਕ ਤਾਰੀਫਾਂ ਕਰਦੇ ਆ ਹਾਂ ਭਈ ਯਾਰ ਉਹ ਮਤਲਬ ਮੁੰਡੇ ਨੇ ਅੱਗੋਂ ਟੱਸ ਤੋਂ ਮਸ ਨਹੀਂ ਕੀਤੀ ਹੱਥ ਜੋੜ ਕੇ ਧੱਤ ਥਲੇ ਰੱਖ ਕੇ ਤੇ ਨਸੀਰ ਨਿਵਾ ਕੇ ਖਲੋਤਾ ਰਿਹਾ ਭਾਵੇਂ ਉਹ ਗਲਤ ਸੀ ਭਾਵੇਂ ਸਹੀ ਮੈਨੂੰ ਨਹੀਂ ਪਤਾ ਹਾਂ ਆਨੇ ਮੈਨੂੰ ਬਾਅਦ ਪਤਾ ਲੱਗਾ ਵੀ ਹੈ ਉਹ ਸਹੀ ਸੀਗਾ ਹਾਂ ਪਰ ਉਹਨੇ ਮੇਰੀ ਇਤ ਰੱਖ ਲਈ ਕਿ ਮੇਰੇ ਅੱਗੇ ਨਹੀਂ ਬੋਲਿਆ ਉਹ ਬਿਲਕੁਲ ਬਿਲਕੁਲ ਦੇਖੋ ਇਸ ਚੀਜ਼ ਦੇ ਨਾਲ ਬਹੁਤ ਵੱਡੀ ਤੁਸੀਂ ਗਲਤੀ ਕੀਤੀ ਹੈਗੀ ਆ ਔਰ ਦੋਨੇ ਪਾਸੇ ਚੀਜ਼ਾਂ ਚਲਦੀਆਂ ਕਿਉਂਕਿ ਜਾਂ ਆਪਾਂ ਕਹਿੰਦੇ ਕਿ ਥੋੜੇ ਟਾਈਮ ਦੇ ਲਈ ਉਸ ਚੀਜ਼ ਤੋਂ ਦੂਰ ਆਵਟ ਜਾਈਏ ਉਸੀ ਤੋਂ ਥੋੜਾ ਜਿਹਾ ਬਚਾਅ ਹੋ ਜਵੇ ਤੇ ਉਹ ਫਿਰ ਚੀਜ਼ਾਂ ਕੰਟਰੋਲ ਚ ਰਹਿੰਦੀ ਹੈ ਕਿਉਂਕਿ ਜਦੋਂ ਜਦੋਂ ਤੁਸੀਂ ਆਪਣੀ ਉਸ ਫੀਲਿੰਗ ਨੂੰ ਜੋ ਕੰਟਰੋਲ ਕਰ ਲੈਣੇ ਹਨ ਨਾ ਤਾਂ ਉਹ ਤੁਹਾਡੇ ਉਹ ਜਦੋਂ ਵੀ ਮੈਂਹਫਲ ਚ ਮੈਨੂੰ ਉਹਦੀ ਤਾਰੀਫ ਹੁੰਦੀ ਹੈ ਵੀ ਯਾਰ ਮੁੰਡੇ ਨੇ ਨਾ ਯਾਰ ਮੈਂ ਐਦਾ ਥੱਪੜ ਵੀ ਮਾਰਦਾ ਤੇ ਤਾਂ ਵੀ ਅਗੋਂ ਨਹੀਂ ਬੋਲਿਆ ਸੋ ਇਟ ਇਟ ਇੱਕ ਰਿਸਪੈਕਟ ਕ੍ਰੀਏਟ ਹੋ ਗਈ ਸੋ ਆਈ ਥਿੰਕ ਵੀ ਕੋਲਰ ਹੈਗੇ ਨੇ ਤੇ ਆਪਾਂ ਉਹਨਾਂ ਨੂੰ ਵੀ ਲੈ ਸਕਦੇ ਨੇ ਮਨਪ੍ਰੀਤ ਹੈਗੇ ਨੇ ਜੀ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਨਾਲ ਦੇ ਨਾਲ ਗੱਲਾਂ ਬਾਤਾਂ ਦਾ ਆਪਾਂ ਇਦੀ ਕਰਾਂਗੇ ਜੀ ਮਨਪ੍ਰੀਤ ਜੀ ਸਵਾਗਤ ਹੈ ਜੀ ਤੁਹਾਡਾ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਪਵਨ ਜੀ ਕੀ ਹਾਲ ਚਾਲ ਨੇ ਜੀ ਸਤਿ ਸ਼ हां जी मैं भी ठीक ठाक है। देखो कला बड़े अच्छे विषय पे गालबात चल रही है मैं सुन रही थी। ਤੁਹਾਡੀ ਵੀ ਇਨਪੁਟ ਚਾਹੀਦੀ ਹੈ ਜੀ ਮਨਪ੍ਰੀਤ ਜੀ। ਕਹਿੰਦੇ ਵੀ ਵੈਸੇ ਤਾਂ ਕਹਾ ਤੁਸੀਂ ਸਾਡੇ ਪਰਸਿੱਧ ਆ ਤੁਸੀਂ ਜਿੰਨੇ ਕਿੰਦੇ ਇੱਕ ਚੋਪ ਤੇ 100 ਸੌਖਾ। ਹਾਂ। ਤੇ ਜਿਸ ਦਾ ਗੁਰਪ੍ਰਤਾ ਉਹਨਾਂ ਨੇ ਕਿਹਾ ਵੀ ਅਗਲਾ ਬੰਦਾ ਜੇ ਗੁੱਸੇ ਹੁੰਦਾ ਥੋੜਾ ਸੁਪਰੇਣਾ ਜਿਹਾ ਹੁੰਦਾ ਗੁੱਸਾ ਲੈਣਾ ਕਾਜਮ ਨਾ ਹਾਂ। ਕਿਤੇ ਜਦੋਂ ਕਿਸੇ ਨੂੰ ਗੁੱਸਾ ਹੁੰਦਾ ਹੈ ਇੱਕ ਸਬਰ ਜ਼ਰੂਰ ਰੱਖੋ। ਇੱਕ ਨਮਿਆਜੋ। ਨਿਯੋਨ ਦੇ ਨਾਲ ਜੇ ਕੋਈ ਗਲਤ ਠੱਲ ਪੈਦੀ ਹੋਏ ਹੁੰਦੀ ਤੇ ਨਿਯੋਜਨ ਨਿਵੇਂ ਹੋ ਜੋ ਤੇ ਦੂਸਰਾ ਮਾਫੀ ਮੰਗ ਰੂ ਦਾ ਲੈ ਨੂੰ ਮਾਫ ਕਰਦੇ ਹੋ ਤੇ ਬਾਤ ਇਹ ਹੀ ਆ ਤੁਹਾਡੇ ਅਸਰ ਕੀ ਚਾਹਗੇ ਜੇ ਨਾ ਕਿੰਨਾ ਕਈ ਦਾ ਮਾਫ ਕਰ ਦੇਈ ਨਾ ਇਹ ਵੀ ਨਾ ਸਸਤੋ ਕਰਾ ਦੇਈ ਤੇ ਤੁਸੀਂ ਕਿਹਾ ਰਹੇ ਜੀ ਮਨਪ੍ਰੀਤ ਤੁਹਾਡੀ ਆਵਾਜ਼ ਜਿਹੜੀ ਨਾ ਜੀ ਕਟ-ਕਟ ਕੇ ਆ ਰਹੀ ਆ ਆਈ ਥਿੰਕ ਆਪਾਂ ਜਿਆਦਾ ਤੁਸੀਂ ਅੱਗੇ ਪਿੱਛੇ ਹੋ ਜਾਓ ਹਾਂਜੀ ਹਾਂਜੀ ਜੀ ਮੈਨੂੰ ਵੀ ਲੱਗ ਗਿਆ ਸੀ ਕਿ ਮੈਨੂੰ ਵੀ ਇਕੋ ਆ ਰਹੀ ਸੀ ਇਹ ਸੋ ਗੱਲਬਾਤ ਉੱਥੇ ਹੀ ਹੁਣ ਸਹੀ ਹੈ ਹਾਂਜੀ ਹਾਂਜੀ ਕੈਰੀ ਆਨ ਜੀ ਪਵਨ ਜੀ ਗੱਲਬਾਤ ਉੱਥੇ ਹੀ ਆ ਵੀ ਕਈ ਵਾਰੀ ਇਦਾਂ ਹੁੰਦਾ ਵੀ ਜਦੋਂ ਸਾਹਮਣੇ ਵਾਲੇ ਵੀ ਆਪਾਂ ਨੂੰ ਗਲਤੀ ਦਿਖਸਦੀ ਆ ਤਾਂ ਆਪਾਂ ਨੂੰ ਇਹ ਹੁੰਦਾ ਵੀ ਅਸੀਂ ਉਹਦੇ ਨਾਲ ਲੜਨਾ ਨਹੀਂ ਪਰ ਉਹਨੂੰ ਅਹਿਸਾਸ ਹੋ ਜਾਏ ਹਾਂ ਤੁਹਾਡੀ ਅਵਾਜ਼ ਤੁਹਾਡੀ ਜਿਹੜੀ ਹੈ ਨਾ ਜੀ ਬਹੁਤ ਜ਼ਿਆਦਾ ਕੱਟ ਰਹੀ ਆ ਆਈ ਥਿੰਕ ਆਪਾਂ ਲਾਈਨ ਦੁਬਾਰਾ ਜਿਹੜੀ ਹੈਗੀ ਜੀ ਵਾਪਸ ਕਰਦੇ ਹੈਗੇ ਆ ਤੇ ਆਪਾਂ ਕੁਝ ਸਪਾਂਸਰਸ ਦਾ ਜਿਹੜਾ ਹੈਗਾ ਜੀ ਸੁਨੇਹਾ ਦੇ ਦਈਏ ਔਰ ਸਮੋਸਾ ਐਂਡ ਸਵੀਟ ਫੈਕਟਰੀ ਹਮੇਸ਼ਾ ਦੀ ਤਰ੍ਹਾਂ ਤੁਸੀਂ ਉੱਥੇ ਪਹੁੰਚਦੇ ਹੈਗੇ ਹੋ ਜੀ ਔਰ 416 213 1165 ਸਮੋਸਾ ਐਂਡ ਸਵੀਟ ਫੈਕਟਰੀ ਨੂੰ ਤੁਸੀਂ ਵਿਜ਼ਿਟ ਕਰਨਾ ਅਗਰ ਤੁਸੀਂ ਕੋਈ ਵੀ ਜਿਹੜਾ ਹੈਗਾ ਜੀ ਫੂਡ ਲੈਣਾ ਹੈਗਾ ਜਾਂ ਫਿਰ ਮਠਿਆਈਆਂ ਜਿਹੜੀਆਂ ਤੁਸੀਂ ਲੈਣੀਆਂ ਤਾਂ ਤੁਸੀਂ ਸਮੋਸਾ ਐਂਡ ਸਵੀਟ ਫੈਕਟਰੀ ਨੂੰ ਪਹੁੰਚਣਾ ਹੈਗਾ वुਡਬਾਈਂਡ ਬੈਂਕਟ ਹਾਲ ਫੰਕਸ਼ਨ ਆ ਗਿਆ ਜੀ ਤੁਸੀਂ ਕੋਈ ਨਿਊ ਇਅਰ ਦਾ ਫੰਕਸ਼ਨ ਕਰਨਾ ਚਾਹੁੰਦੇ ਹੋ ਜਾਂ ਫਿਰ ਜਨਵਰੀ ਫਿਬਰੂਰੀ ਦੇ ਵਿੱਚ ਕੋਈ ਵੀ ਫੰਕਸ਼ਨ ਹੈਗਾ ਤਾਂ ਤੁਸੀਂ ਪਹੁੰਚਣਾ ਹੈਗਾ ਯਾ वुਡਬਾਈਂਡ ਬੈਂਕਟ ਹਾਲ ਵਰਲਡ ਫੇਮਸ ਇਹਨਾਂ ਦਾ ਜੀ ਵੈਂਕਟ ਹਾਲ ਹੈਗਾ ਆ 905 451 1500 ਦੇ ਉੱਤੇ ਤੁਸੀਂ ਗੱਲਬਾਤ ਜਿਹੜੀ ਹੈ ਜੋ ਕਰ ਸਕਦੇ ਹੋ 905 451 1500 ਦੇ ਉੱਤੇ ਤੁਸੀਂ ਗੱਲਬਾਤ ਜਿਹੜੀ ਜੀ ਕਰ ਸਕਦੇ ਹੋ ਜੀ ਜੀ ਇਸੇ ਤਰੀਕੇ ਦੇ ਨਾਲ ਹੁਣ ਕ੍ਰਿਸਮਸ ਦਾ ਨੇੜੇ ਆ ਰਿਹਾ ਆਪਣਾ ਤੇ ਕ੍ਰਿਸਮਸ ਤੇ ਤੁਸੀਂ ਬਹੁਤ ਵਧੀਆ ਤੁਹਾਨੂੰ ਆਫਰਸ ਵੀ ਮਿਲਣਗੇ ਕਿਉਂਕਿ ਹੁਣ ਤੁਹਾਡੇ ਲਈ ਸੁਨਹਿਰੀ ਮੌਕਾ ਆ ਤੇ ਤੁਸੀਂ ਚੀਫਨ ਫਰਨੀਚਰ ਦੇ ਕੋਲ ਆਵੋ ਵਿਜ਼ਿਟ ਕਰਕੇ ਉੱਥੋਂ ਵਧੀਆ-ਵਧੀਆ ਫਰਨੀਚਰ ਲੈ ਸਕਦੇ ਹੋ ਕਿਉਂਕਿ ਇਹਨਾਂ ਕੋਲ ਬਹੁਤ ਵਧੀਆ ਹੁਣ ਡੀਲਸ ਚੱਲ ਰਹੀਆਂ ਨੇ ਤੇ ਇਹਨਾਂ ਦਾ ਨੰਬਰ ਹੈਗਾ 4166771200 ਜਿਨ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੇ ਕਿਸੇ ਵੀਰ ਨੇ ਸਾਡੇ ਦਾੜੀ ਕਰਲ ਕਰਵਾਉਣੀ ਹੈ ਜਾਂ ਦਾੜੀ ਦੀ ਸੈਟਿੰਗ ਕਰਾਉਣੀ ਆ ਤੇ ਤੁਸੀਂ ਵਿਦਆਊਟ ਕੈਂਚੀ ਅਮਨ ਕਰਲੀ ਬੇੜ ਦੇ ਨਾਲ ਕੰਟੈਕਟ ਕਰ ਸਕਦੇ ਹੋ ਉੱਥੇ ਵਿਦਆਊਟ ਕੈਂਚੀ ਤੁਹਾਡੀ ਦਾੜੀ ਸੈੱਟ ਕੀਤੀ ਜਾਊਗੀ ਇਹਨਾਂ ਦਾ ਨੰਬਰ ਹੈਗਾ ਜੀ 4372458500 ਇੱਕ ਵਾਰ ਦੁਬਾਰਾ ਤੋਂ ਦੱਸ ਦਈਏ ਨੰਬਰ ਖਾਸियत ਵੀ ਦੱਸ ਦਈਏ ਕਿ ਵਿਦਾਊਟ ਕੈਂਚੀ ਬਿਲਕੁਲ ਮੈਂ ਤਾਂ ਹੀ बार-बार रिपीट ਕਰ ਰਹੀ ਹਾਂ ਕਿਉਂਕਿ ਇੱਥੇ ਦਾੜੀ ਬਹੁਤ ਵਧੀਆ ਸੈੱਟ ਕੀਤੀ ਜਾਂਦੀ ਹੈ ਜਿਹੜੇ ਵੀਰ ਕੈਂਚੀ ਨਹੀਂ ਲਵਾਉਣਾ ਚਾਹੁੰਦੇ ਅਮਨ ਕਲੀ ਬੇਰ ਦੇ ਨਾਲ ਕੰਟੈਕਟ ਕਰ ਸਕਦੇ ਨੇ 4372458500 ਜੀ ਔਰ ਹਾਂਜੀ ਹਾਂਜੀ ਤੁਹਾਨੂੰ ਸਾਹਿਬ ਮੈਂ ਗੱਲ ਨੂੰ ਕੰਟੀਨਿਊ ਕਰਦਾ ਸੀ ਹਾਂਜੀ ਹਾਂਜੀ ਇੱਕ ਤੇ ਮੈਂ ਤਾਂ ਐਗਜ਼ੈਂਪਲ ਦੇ ਕੇ ਠੀਕ ਹੈ ਵੱਡਿਆਂ ਦੇ ਸਾਹਮਣੇ ਛੋਟੇ ਚੁੱਪ ਰਹੇ ਹਾਂਜੀ ਪਰ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਸਥਿਤੀ ਇਹ ਬਣ ਜਾਂਦੀ ਹੈ ਵੀ ਵੱਡਿਆਂ ਨੂੰ ਵੀ ਚੁੱਪ ਰਹਿਣਾ ਪੈਂਦਾ ਛੋਟਿਆਂ ਦੇ ਸਾਹਮਣੇ ਹਾਂਜੀ ਕਿਉਂਕਿ ਕਈ ਸਿਚੁਏਸ਼ਨ ਇਹੋ ਜਿਹੀ ਹੁੰਦੀਆਂ ਜਿੱਥੇ ਕਿ ਜਦੋਂ ਛੋਟੇ ਕੋਈ ਉੱਚੀ ਆਵਾਜ਼ ਗੱਲ ਕਰਦੇ ਆ ਵੱਡਿਆਂ ਨਾਲ ਤਾਂ ਵੱਡਿਆਂ ਨੂੰ ਬਜਾਏ ਉਹਦੇ ਕਾਉਂਟਰ ਕੁਐਸਚਨ ਕਰਨ ਦੇ ਤੋਂ ਉਹਨੂੰ ਥੋੜਾ ਜਿਆਦਾ ਰੀਲੀਫ ਦੇਣਾ ਪੈਂਦਾ ਵਿੱਚੋਂ ਜਿਸ ਦੇ ਨਾਲ ਟਾਈਮ ਮਿਲਣ ਨਾਲ ਕੀ ਹੁੰਦਾ ਹੈ ਕਿ ਛੋਟਿਆਂ ਨੂੰ ਹੌਲੀ ਹੌਲੀ ਸਾ ਹਾਂਜੀ ਕਿਉਂਕਿ ਜਿਹੜੇ ਰਿਸ਼ਤੇ ਨੇ ਉਹ ਅੱਜ ਦੀ ਡੇਟ ਦੇ ਵਿੱਚ ਬਹੁਤ ਬਚਾਉਣੇ ਸਭ ਤੋਂ ਜ਼ਰੂਰੀ ਨੇ ਮੈਂ ਜਿੰਨੇ ਵੀ ਮੈਂ ਜੇ ਮੈਂ ਪ੍ਰੋਗਰਾਮ ਦੇ ਸਾਹਮਣੇ ਵੇਖਾਂ ਕਿ ਜੇ ਜੋ ਸਿਚੁਏਸ਼ਨ ਚੱਲਦੀ ਆ ਆਪਣੇ ਪੂਰੇ ਵਰਲਡਵਾਈਡ ਕਿ ਅੱਜ ਦੀ ਡੇਟ 'ਚ ਡਿਪਰੈਸ਼ਨ ਜਿਹੜਾ ਹੈ ਉਹ ਵਧਨਦਿਆ ਹੂੰ ਤੇ ਡਿਪਰੈਸ਼ਨ ਦੇ ਵਿੱਚ ਵਧਨ ਦਾ ਸਭ ਤੋਂ ਜਿਹੜਾ ਇੱਕ ਮੇਨ ਕਾਰਨ ਹੈ ਉਹ ਤੁਹਾਡਾ ਓਵਰ ਬੋਲਣਾ ਹਾਂ ਜਦੋਂ ਅਸੀਂ ਹਰ ਰਿਸ਼ਤੇ 'ਚ ਓਵਰ ਬੋਲਦੇ ਹਾਂ ਤਾਂ ਉਹ ਤੁਹਾਡਾ ਜਿਹੜਾ ਰਿਸ਼ਤੇ ਜਿਹੜਾ ਜਿਹੜਾ ਤੁਹਾਡੇ ਸਾਹਮਣੇ ਵਾਲਾ ਬੰਦਾ ਹੈ ਉਹ ਤੁਹਾਡੇ ਤੋਂ ਟੈਂਪਰੇਰੀਲੀ ਦੂਰ ਹੋ ਜਾਂਦਾ। ਕੀ ਬਾਤ ਹੈ? ਪਰ ਤੁਹਾਨੂੰ ਉਹਦੀ ਲੋੜ ਹੁੰਦੀ ਆ ਕਿਉਂਕਿ ਤੁਹਾਡੀ ਅੰਦਰ એનર્ਜੀ ਉਹਦੇ ਨਾਲ ਸ਼ੇਅਰ ਹੋਣੀ ਹੁੰਦੀ ਹੈ। ਹਾਂਜੀ ਹਾਂਜੀ। ਪਰ ਉਹ ਚੁੱਪ ਹੋ ਜਾਂਦਾ। ਫਿਰ ਤੁਸੀਂ ਉਹਨੂੰ ਤੁਹਾਡੀ ਈਗੋ ਇਹ ਵੀ ਕਿ ਮੈਂ ਮਨਾਉਣਾ ਵੀ ਨਹੀਂਗਾ ਮਨਾਉਣਾ ਵੀ ਨਹੀਂਗਾ। ਉਸ ਚੱਕਰ ਦੇ ਵਿੱਚ ਕਈ ਵਾਰੀ ਸਾਡੀ ਜਿਹੜੀ ਡਿਸਟੇ ਜਿਹੜੀ ਡਿਲੇ ਹੋ ਜਾਂਦੇ ਆ ਜਿਹਦੇ ਕਰਕੇ ਸਾਨੂੰ ਜਿਹੜੀਆਂ ਇਹੋ ਜਿਹੀਆਂ ਪ੍ਰੋਬਲਮਾਂ ਜਿਹੜੀਆਂ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀਆਂ। ਸੋ ਚੁੱਪ ਜਿਹੜੀ ਆ ਇਹਦਾ ਇੱਕ ਚੁੱਪ 100 ਸੋਕ ਉਹ ਬਹੁਤ ਵੱਡਾ ਫਾਰਮੂਲਾ ਆ। ਟ ਬਿਲਕੁਲ ਔਰ ਤੁਸੀਂ ਆਪਣੀ ਮਨ ਦੀ ਗੱਲ ਜਿਹੜੀ ਹੈਗੀ ਆ ਉਹ ਕਰਨੀ ਆ ਜ਼ਰੂਰ ਕਰੋ ਲੇਕਿਨ ਜਿਵੇਂ ਆਪਾਂ ਗੱਲ ਕੀਤੀ ਕਿ ਆਪਣਾ ਇੱਕ ਥੋੜਾ ਜਿਹਾ ਸਮਾਂ ਵਿਚਾਰ ਲਓ ਸਿਆਣੇ ਕਹਿੰਦੇ ਨੇ ਸਮਾਂ ਵਿਚਾਰਿਆ ਹੋਇਆ ਬਹੁਤ ਫਾਇਦੇ ਦੇ ਜਾਂਦਾ ਔਰ ਗੱਲਬਾਤ ਦਾ سلسلہ ਆਪਾਂ ਇਦਾਂ ਹੀ ਕਰਦੇ ਆ ਜੀ ਜ਼ੂਮ ਰੈਂਟ ਕਾਰ ਅਗਰ ਤੁਸੀਂ ਕਾਰਾਂ ਰੈਂਟ ਤੇ ਕਰਨੀਆਂ ਨੇ ਜੀ ਮੰਥਲੀ ਬੇਸਿਸ ਦੇ ਉੱਤੇ ਤੇ ਤੁਸੀਂ ਲੈ ਸਕਦੇ ਹੋ ਜੀ ਜ਼ੂਮ ਰੈਂਟ ਕਾਰ 416 318 4000 ਦੇ ਉੱਤੇ ਜਿਹੜੀ ਜੀ ਗੱਲਬਾਤ ਅ ਤੁਸੀਂ ਜ਼ੂਮ ਰੈਂਟੇ ਕਾਰ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕੀਤੀ ਜਾ ਸਕਦੀ ਆ ਔਰ ਕ੍ਰਾਸ ਮਰਜ ਏਜੰਸੀ ਕਮਦੀਪਾਲ ਦੇ ਵਿੱਚ ਹੈਗੇ ਹੋ ਤੇ ਤੁਸੀਂ ਕ੍ਰਾਸ ਮਰਜ એનર્ਜੀ 905 226 73 73 ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਆ ਤੇ ਤੁਸੀਂ ਗੱਲਬਾਤ ਪੁੱਛਣੀ ਹੈਗੀ ਆ ਜੀ ਕਿ ਆ ਦੀਆਂ ਕਾਰਾਂ ਲੈਣੀਆਂ ਹੈਗੀਆਂ ਨੇ ਤੇ ਕਿਹ ਆ ਦੀਆਂ ਕਾਰਾਂ ਲੈਣ ਦੇ ਲਈ ਵੀ ਤੁਸੀਂ ਗੱਲਬਾਤ ਕਰਨੀ ਹੈਗੀ ਆ ਮੈਂ ਇੱਕ ਕਾਲ ਜਿਹੜੀ ਜੇ ਹੋਲਡ ਤੇ ਪਾ ਲੈਣਾ ਤੇ ਆਪਾਂ ਜਿਹੜੀ ਹੈਗੀ ਜੀ ਮਨਪ੍ਰੀਤ ਹੁਣੀ ਵੀ ਸਾਡੇ ਨਾਲ ਲਾਈਨ ਤੇ ਉੱਤੇ ਹੈਗੇ ਨੇ ਤੇ ਇੱਕ ਹੋਰ ਕਾਲਰ ਹੈਗੇ ਨੇ ਜੀ ਆਪਾਂ ਉਹਨਾਂ ਨੂੰ ਵੀ ਆ ਔਨ 에ਅਰ ਕਰਦੇ ਆ ਜੀ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਨਾਲ ਜਸਟ ਵੈਜੀ ਤੋਂ ਹੈਗੇ ਨੇ ਜੀ ਜਸਟ ਵੈਜੀ ਤੋਂ ਸਵਾਗਤ ਹੈ ਤੁਹਾਡਾ ਭਾਜੀ ਹਲੋ ਹਾਂਜੀ ਹਾਂ ਭਾਜੀ ਹਾਂਜੀ ਸਤ ਸ੍ਰੀ ਅਕਾਲ ਜਸਟ ਵੈਜੀ ਤੋਂ ਸਾਡੇ ਨਾਲ ਵੀਰ ਜੀ ਹੈਗੇ ਨੇ ਜੀ ਸਵਾਗਤ ਹੈ ਜੀ ਤੁਹਾਡਾ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਆਲ ਜਸਟ ਵੈਜੀ ਦੀ ਜਿੱਥੇ ਅਸੀਂ ਤਾਰੀਫ ਜਿਹੜੀ ਹੈਗੀ ਆ ਜੀ ਆਪ ਵੀ ਕਰਦੇ ਆ ਕਿਉਂਕਿ ਜਿਹੜੇ ਸਾਡੇ ਲਿਸਨਰ ਆ ਜੀ ਉਹ ਵੀ ਜਾ ਕੇ ਤੁਹਾਡਾ ਬਹੁਤ ਅੱਛੀ ਫੀਡਬੈਕ ਜਿਹੜੀ ਹੈਗੀ ਆ ਉਹ ਦਿੰਦੇ ਆ ਤੇ ਹੁਣ ਆਪਾਂ ਅੱਜ ਆਫਰਸ ਦੇ ਬਾਰੇ ਗੱਲਬਾਤ ਕਰਦੇ ਆ ਜਸਟ ਵੈਜੀ ਦੇ ਲਈ ਜਿਹੜੀਆਂ ਜੀ ਸਪੈਸ਼ਲ ਆਫਰਸ ਸਾਡੇ ਲਈ ਜਿਹੜੀਆਂ ਕੀ ਲਗਾਈਆਂ ਗਿਆ ਭਾਜੀ ਅੱਜ ਵੈਡਨਸਡੇ ਆ ਜੀ ਅੱਜ ਦੇ ਆਪਾਂ ਸਪੈਸ਼ਲ ਡੇ ਰਿਹਾ ਆ ਜੀ ਸਾਗ ਪਲੱਸ ਮੱਕੀ ਦੀ ਰੋਟੀ ਪਲੱਸ ਲੱਸੀ ਜੀ ਸਿਰਫ 899 ਦੇ ਵਿੱਚ ਜੀ ਕੀ ਬਾਤ ਹੈ ਜੀ 899 ਦੇ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਨਾਲ ਫਿਰ ਲੱਸੀ ਦਾ ਗਲਾਸ ਜਿਹੜਾ 899 ਦੇ ਵਿੱਚ ਤੁਸੀਂ ਜੀ ਆਪਾਂ ਪਹੁੰਚਣਾ ਹੈਗਾ ਜਸਟ ਵੈਜੀ ਜੀ ਭਾਜੀ ਜੀ ਤੇ ਭਾਜੀ ਆਪਣਾ ਐਡਰੈਸ ਹੈਗਾ ਜੀ 284 ਅਰੈਂਡਾ ਰੋਡ ਬੈਸਟ ਬ੍ਰੈਂਟਨ ਦੇ ਵਿੱਚ ਤੇ ਬਹੁਤ ਹੀ ਵਧੀਆ ਭਾਜੀ ਬੈਂਡ ਨੂੰ ਆਪਣਾ ਸੈਟਅਪ ਬਹੁਤ ਵਧੀਆ ਲੱਗਾ ਹੋਇਆ ਜੀ ਇਹੋ ਤੇ ਨਾਈਸ ਪਲੇਸ ਆ ਆਪਣਾ ਕਲੀਨ ਆ ਬਿਲਕੁਲ ਤੇ ਹੈਲਥ ਦਾ ਭਾਜੀ ਪੂਰਾ ਖਿਆਲ ਰੱਖਿਆ ਜਾਂਦਾ ਕਸਟਮਰ ਦੀ ਕੋਈ ਵੀ ਚੀਜ਼ ਆ ਕਸਟਮਰ ਨੂੰ ਇਦਾਂ ਨਹੀਂ ਹੋਊਗਾ ਖਾ ਕੇ ਵੀ ਯਾਰ ਆ ਸਾਨੂੰ ਸਹੀ ਨਹੀਂ ਦਿੱਤੀ ਤੁਸੀਂ ਜੀ ਤੇ ਉਸ ਤੋਂ ਬਾਅਦ ਆਪਣਾ ਟਿਫਨ ਸਰਵਿਸਿਜ਼ ਵੀ ਹੈਗੀਆਂ ਜੀ ਆਪਣੇ ਕੋਲ ਪਾਜੀ ਆਪਣੇ ਕੋਲ ਟਿਫਨ ਸਰਵਿਸ ਵੀ ਆ ਜੀ ਆਪਾਂ ਘਰਾਂ ਦੇ ਵਿੱਚ ਲਾਈਵ ਕੇਟਰਿੰਗ ਕਰਦੇ ਆ ਜੀ ਉਹਦੇ ਲਈ ਸਾਡੇ ਕੋਲ ਫੂਟਰਾਕ ਹੈਗੇ ਆ ਜੀ ਫਿਰ ਆਪਣੇ ਕੋਲ ਸਾਰੇ ਤਰ੍ਹਾਂ ਦੀ ਪਾਜੀ ਮਠਿਆਈ ਆ ਤੇ ਮਠਿਆਈ ਪਾਜੀ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਆ ਅੱਛਾ ਜੀ ਬਹੁਤ ਹੀ ਜਿੱਦਾਂ ਰੇਟ ਬਹੁਤ ਜਾਇਜ਼ ਆ ਤੇ ਜੇ ਕਿਸੇ ਨੂੰ ਕਿਸੇ ਚੀਜ਼ ਦੀ ਕੰਪਲੀਟ ਆਉਂਦੀ ਆ ਤੇ ਉਹਦੇ ਲਈ ਅਸੀਂ ਹਰ ਵੇਲੇ ਉੱਥੇ ਹਾਜ਼ਰ ਹੁੰਨੇ ਆ ਅਸੀਂ ਉਹਨੂੰ ਸੋਲਵ ਕਰੀਦਾ ਸਮਾਨ ਵੇਚਿਆ ਤੇ ਕੱਢ ਦਿੱਤਾ ਵਾਲਾ ਕੰਮ ਨਹੀਂ ਕਰਦੇ ਹਾਂਜੀ ਸਾਡੇ ਸਾਡੇ ਹਾਂਜੀ ਸਰਦਾਰ ਸਾਹਿਬ ਕੁਝ ਪੁੱਛਣਾ ਚਾਹੁੰਦੇ ਜੀ ਜੀ ਇੱਕ ਸਵਾਲ ਆ ਕਿ ਜਦੋਂ ਤੁਸੀਂ ਲਾਈਵ ਕੇ ਕੈਟਰੀਂਗ ਕਰਦੇ ਹੋ ਉਹਦੇ ਲਈ ਜਿਵੇਂ ਕਹ ਲਓ ਕਿ ਇੱਕ ਤਾਂ ਹੁੰਦਾ ਕਿ ਲੋਕੀ ਕੋਲੇ ਵਿਆਹਾਂ ਤੇ ਹੀ ਜਾਂਦੇ ਹਨਾ ਕੀ ਤੁਸੀਂ ਛੋਟੀਆਂ ਜਿਹੜੀਆਂ ਬਰਥਡੇ ਪਾਰਟੀਆਂ ਹੁੰਦੀਆਂ ਆ ਜਾਂ ਮੈਰਿਜ ਪਾਰਟ ਛੋਟੀਆਂ ਜਿਹੜੀਆਂ ਐਨੀਵਰਸਰੀ ਲੋਕੀ ਮਨਾਉਂਦੇ ਨੇ ਉੱਥੇ ਵੀ ਤੁਸੀਂ ਜਾਂਦੇ ਹੋ ਪਾਜੀ ਹਾਂਜੀ ਅਸੀਂ ਪਾਜੀ ਕਰਦੇ ਕੱਲਾ 베지ਟੇਰੀਅਨ ਆ ਸਾਡਾ ਨਾਮ 100% 베지ਟੇਰੀਅਨ ਆ ਪ੍ਰੋਗਰਾਮ ਕੋਈ ਵੀ ਹੋਵੇ ਪਾਜੀ ਓਕੇ ਓਕੇ ਪਾਜੀ ਓਕੇ ਓਕੇ ਤੇ ਕੈਟਰਿੰਗ ਐਕਚੁਅਲੀ ਮੈਨੂੰ ਲੱਗਦਾ ਸੰਤੋਖ ਸਾਹਿਬ ਦਾ ਸਵਾਲ ਇਹ ਸੇਗਾ ਵੀ ਕੈਟਰਿੰਗ ਮਿਨੀਮਮ ਕਿੰਨੇ ਲੋਕਾਂ ਤੋਂ ਸਟਾਰਟ ਹੋ ਜਾਂਦੀ ਆ ਹਾਂਜੀ ਹਾਂਜੀ ਜੀ 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 ਤੋ ਉਹ ਪਾਜੀ ਆਪਣਾ ਹੁੰਦਾ ਕਿ ਵੈਸੇ ਤਾਂ ਅਸੀਂ 100% ਤੋਂ ਸਟਾਰਟ ਕਰਦੇ ਹਾਂ ਕਿਉਂਕਿ ਉਹਦੇ ਵਿੱਚ ਸਾਨੂੰ ਕਾਫੀ ਸਾਰੇ ਖਰਚੇ ਪੈਂਦੇ ਐ ਐਕਸਟਰਾ ਹਾਂਜੀ ਤੇ ਫਿਰ ਉਹ ਦੇਖੀ ਰੱਖ ਕੇ ਕਸਟਮਰ ਦਾ ਪ੍ਰੋਗਰਾਮ ਕਿੱਦਾਂ ਦਾ ਇਹ ਨਹੀਂ ਕਿ ਜਿਵੇਂ ਹੀ ਵੀ ਸਾਨੂੰ 100 ਹੀ ਚਾਹੀਦਾ ਉਹ ਕਸਟਮਰ ਨਾਲ ਗੱਲ ਕਰੀ ਦੀ ਆ ਵੀ ਦੇਖੀ ਜਾ ਵੀ ਆਪਾਂ ਕੀ ਹੋਰ ਕੀ ਕਰ ਸਕਦੇ ਇਹਨਾਂ ਦੇ ਲਈ ਜੀ 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 ਤੇ ਸੋ ਅ ਅੱਜ ਦਾ ਜਿਹੜਾ ਜੀ ਸਪੈਸ਼ਲ ਆਫਰ ਹੈਗਾ ਯਾ ਉਹ ਹੈਗਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਸਿਰਫ ਤੇ ਸਿਰਫ 899 ਦੇ ਵਿੱਚ ਗਰਮਾ ਗਰਮ ਇਹ ਮੱਕੀ ਦੀ ਰੋਟੀ ਫਿਰ ਗਰਮਾ ਗਰਮ ਅੰਦਰੋਂ ਬਣ ਕੇ ਆਉਣੀ ਹੈ ਜੀ ਮੈਂ ਤਾਂ ਪਾਜੀ ਸਾਰਾ ਕੁਝ ਉਸਤੇ ਮਿਲਦੀ ਜੀ ਪਾਜੀ ਤੁਸੀਂ ਨਾ ਮੱਕੀ ਦੀ ਰੋਟੀ ਦਾ ਸਵਾਦ ਹੀ ਨਹੀਂ ਆਉਣਾ ਜੀ ਬਿਲਕੁਲ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਨਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਨਾਲ ਹੀ ਮੇਰੇ ਦਾ ਆਪਣਾ ਪਿੰਡ ਘੁੰਮ ਗਿਆ ਦਿਮਾਗ 'ਚ ਵੀ ਮੈਨੂੰ ਲੱਗਦਾ ਜਿਵੇਂ ਪਿੰਡ ਹੀ ਬੈਠੇ ਆ ਉੱਥੇ ਹੀ ਮੈਨੂੰ ਆਫਰ ਮਿਲਦੀ ਹੈ ਵਾਲੀ ਸਰ ਦੋਸਤੋ ਪਿੰਡ ਨਹੀਂ ਜਾਣਾ ਆਪਾਂ ਆਪਾਂ ਜਸਟ ਪਹੁੰਚਣਾ ਹੈ ਉੱਥੇ ਜਾ ਕੇ ਆਪਾਂ ਸਾਰਾ ਇੰਜੋਏ ਕਰਨਾ ਜੀ 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 ਤੇ ਬਿਲਕੁਲ ਤੁਸੀਂ ਕਰੋ ਜੀ ਕੀ ਕਹਿੰਦੇ ਹੁੰਦੇ ਨੇ ਗਰਮ ਕਰੋ ਤਵੇ ਤੇ ਅਸੀਂ ਵੀ ਆਏ ਪ੍ਰੋਗਰਾਮ ਤੋਂ ਬਾਅਦ ਹਾਂ ਬਿਲਕੁਲ ਜੀ ਜੀ ਭਾਜੀ ਜੀ ਵੈਲਕਮ ਭਾਜੀ ਥੈਂਕ ਯੂ ਜੀ ਥੈਂਕ ਯੂ ਔਰ ਫਿਰ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਇਸ ਤਰ੍ਹਾਂ ਹੀ ਮਿਲਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ ਜੀ ਆਪ ਸਾਰੀ ਟੀਮ ਦਾ ਧੰਨਵਾਦ ਜੀ ਬਿਲਕੁਲ ਔਰ ਜਸਟ ਵੈਜੀ 9054523627 ਤੁਸੀਂ ਕੋਈ ਵੀ ਜਿਹੜਾ ਜੀ ਫੂਡ ਲੈਣਾ ਹੈਗਾ ਤੇ ਜਸਟ ਵੈਜੀ ਨੂੰ ਤੁਸੀਂ ਜ਼ਰੂਰ ਵਿਜ਼ਿਟ ਕਰ ਲਈ ਹੈਗੀ ਆ ਸਟੀਫਨ ਫਰਨੀਚਰ ਦੀ ਗੱਲਬਾਤ ਕਰੀਏ ਸਟੀਫਨ ਫਰਨੀਚਰ ਤੁਹਾਡੇ ਲਈ ਕਸਟਮਾਈਜ਼ ਸੋਫੇ ਜਿਹੜੇ ਹੈਗੇ ਜੀ ਉਹ ਬਣਵਾ ਕੇ ਦਿੰਦੇ ਨੇ ਤੁਸੀਂ ਆਪਣੀ ਮਨਪਸੰਦ ਕਲਰ ਦਾ ਫੈਬਰਿਕ ਦਾ ਜਿਹੜਾ ਹੈਗਾ ਸੋਫਾ ਸੈੱਟ ਕਰਨਾ ਹੈਗਾ ਜਾਂ ਫਿਰ ਸੈਕਸ਼ਨਲ ਸੋਫਾ ਬਣਵਾਉਣਾ ਹੈਗਾ ਤਾਂ ਤੁਸੀਂ ਪਹੁੰਚਣਾ ਹੈਗਾ ਸਟੀਫਨ ਫਰਨੀਚਰ ਦੋ ਲੋਕੇਸ਼ਨਸ ਤੋਂ ਸਰਵ ਕਰਦੇ ਨੇ ਜੀ ਇੱਕ ਬੋਲਟਨ ਦੇ ਵਿੱਚ ਤੇ ਇੱਕ ਬ੍ਰੈਂਟਨ ਚ ਬ੍ਰੈਂਟਨ ਵਾਲੀ ਲੋਕੇਸ਼ਨ 900 790 560 ਦੇ ਉੱਤੇ ਗੱਲਬਾਤ ਕਰਨੀ ਆ ਤੇ ਬੋਲਟਨ ਦੇ ਵਿੱਚ ਤੁਸੀਂ ਅਗਰ ਫੋਨ ਕਰਕੇ ਜਾਣਾ ਤੇ 905 951 9394 ਦੇ ਉੱਤੇ ਗੱਲਬਾਤ ਜਿਹੜੀ ਜੀ ਕੀਤੀ ਜਾ ਸਕਦੀ ਆ ਔਰ ਮਜ਼ੇ ਦੀ ਗੱਲ ਇਹ ਹੈ ਕਿ ਤੁਸੀਂ ਵਧੀਆ ਪ੍ਰਾਈਸ ਤੇ ਜਿਹੜੇ ਜੀ ਗਰੰਟੀ ਸ਼ੋਦਾ ਜਿਹੜਾ ਪ੍ਰੋਡਕਟ ਹੈਗਾ ਆ ਉਹ ਸਟੀਫਨ ਫਰਨੀਚਰ ਤੋਂ ਲੈਣਾ ਹੈਗਾ ਪੀਜ਼ਾ ਡਿਪੂ 40 ਤੋਂ ਵੱਧ ਲੋਕੇਸ਼ਨਸ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਸਰਵਿਸ ਦਿੰਦੇ ਹੈਗੇ ਨੇ ਤੁਸੀਂ ਚਾਹੇ ਬ੍ਰੈਂਟਨ ਹੋ ਮਿਸਿਸਾਗਾ ਹੋ ਜਾਂ ਫਿਰ ਨਿਆਗਰਾ ਫਾਲ ਪੀਜ਼ਾ ਡਿਪੂ ਮਾਮਾਜ਼ ਪੀਜ਼ਾ ਦੀਆਂ 40 ਲੋਕੇਸ਼ਨਾਂ ਤੋਂ ਵੀ ਵੱਧ ਅ ਲొਕੇਸ਼ਨਸ ਦੇ ਉਤੇ ਤੁਸੀਂ ਇੰਡੀਅਨ ਟੇਸਟ ਜਾਂ ਫਿਰ ਕੰਟੀਨੈਂਟਲ ਟੇਸਟ ਜਿਹੜਾ ਹੈਗਾ ਜੀ ਪੀਜ਼ਾ ਇੰਜੋਏ ਕਰੋਗੇ 905 792 97 11 ਦੇ ਉਤੇ ਜਿਹੜਾ ਜੀ ਇਹ ਆਪਾਂ ਗੱਲਬਾਤ ਕਰਕੇ ਤੁਸੀਂ ਪੀਜ਼ਾ ਦਾ ਆਰਡਰ ਜਿਹੜਾ ਉਹ ਕਰ ਸਕਦੇ ਹੋ ਤਾਂ ਪੀਜ਼ਾ ਡਿਪ ਨੂੰ ਤੁਸੀਂ ਹਮੇਸ਼ਾ ਵਿਜ਼ਿਟ ਕਰਨਾ ਹੈਗਾ ਤੇ ਮਨਪ੍ਰੀਤ ਉਹਨਾਂ ਦਾ ਵੀ ਆਪਾਂ ਸਵਾਗਤ ਦੁਬਾਰਾ ਕਰਦੇ ਹੈਗੇ ਜੀ ਮਨਪ੍ਰੀਤ ਜੀ ਸਵਾਗਤ ਹੈ ਜੀ ਤੇ ਆਪਾਂ ਜੀ ਜੀ ਤੇ ਆਪਾਂ ਖਬਰਾਂ ਵੱਲ ਵਧਦੇ ਹਾਂ ਜੀ ਆਪਣੇ ਸੈਗਮੈਂਟ ਖਬਰਾਂ ਦਾ ਸਟਾਰਟ ਕਰਦੇ ਹਾਂ ਜੀ ਜੀ ਬਿਲਕੁਲ ਸ਼ੁਕਰੀਆ ਬਹੁਤ ਤੇ ਖਬਰਾਂ ਸਾਡੇ ਕੋਲ ਅੱਜ ਦੀਆਂ ਕਾਫੀ ਸਾਰੀਆਂ ਨੇ ਇੱਕ ਤਾਂ ਮੌਸਮ ਤੇ ਸਭ ਤੋਂ ਪਹਿਲਾਂ ਚਾਤ ਪਾ ਲਈਏ ਕਿ ਸਵੇਰੇ ਸਵੇਰ ਧੁੰਦ ਦੀ ਚਿੱਟੀ ਚਾਦਰ ਜਿਹੜੀ ਛਾਈ ਹੋਈ ਦਿਖੀ ਔਰ ਵੈਦਰ ਦੀ ਜਿਹੜੀ ਰਿਪੋਰਟ ਆ ਉਹ ਤੁਹਾਡੇ ਸਾਰਿਆਂ ਦੇ ਨਾਲ ਤਾਂ ਜ਼ਰੂਰੀ ਹੈ ਵੀ ਸਾਡੇ ਐਨਆਰਆਈ ਭੈਣ ਭਰਾ ਵੀ ਪੰਜਾਬ ਨੂੰ ਜਾਂਦੇ ਨੇ ਸੋ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੌਰੀ ਸਵੇਰੇ ਸਵੇਰ ਸੰਗਣੀ ਧੁੰਦ ਜਿਹੜੀ ਛਾਈ ਰਹੀ ਜੀ ਇਹਦੇ ਕਾਰਨ ਮਤਲਬ ਅ ਕਹਿ ਸਕਦੇ ਵੀ ਦੇਖਣ ਦੀ ਜਿਹੜੀ ਦ੍ਰਿਸ਼ਟ ਆਇਆ ਉਹ ਕਾਫੀ ਹਾਦਤ ਤੱਕ ਕਟੜੀ ਔਰ ਪੰਜਾਬ ਦੇ ਵਿੱਚ ਭਾਰਤੀਆਂ ਖਬਰਾਂ ਵੀ ਜਿਹੜੀਆਂ ਆ ਰਹੀਆਂ ਨੇ ਤੇ ਠੰਡ ਜਿਹੜੀ ਆ ਉਹ ਦਿਨੋਂ ਦਿਨ ਵੱਧ ਰਹੀ ਐ ਸੰਗਣੀ ਤੁੰਦ ਦੀ ਚਾਦਰ ਜਿੱਥੇ ਛਾਈ ਹੋਈ ਕਈ ਵਾਰੀ ਐਦਾਂ ਹੁੰਦਾ ਵੀ ਸੁੱਕੀ ਤੁੰਦ ਦੁਪਹਿਰੀ ਪਰ ਸਾਨੂੰ ਠੰਡ ਨਹੀਂ ਲੱਗ ਰਹੀ ਹਨਾ ਜਿੱਦਾਂ ਕੈਨੇਡਾ ਦੇ ਵਿੱਚ ਵੀ ਸੁਣੀਦਾ ਵੀ ਜਿੱਥੇ ਜ਼ਿਆਦਾ ਬਰਫ਼ ਪਵੇ ਜਿੰਨਾ ਚਿਰ ਹਵਾ ਨਾ ਚੱਲੇ ਜਾਂ ਬਾਰਿਸ਼ ਨਾ ਹੋਵੇ ਉਸ ਬਰਫ਼ ਦੀ ਸਨੋ ਦੀ ਠੰਡ ਨਹੀਂ ਲੱਗਦੀ ਤਾਂ ਐਵੇਂ ਦਾ ਹੀ ਕੁਝ ਹਾਲ ਆ ਹਾਂ ਤੇ ਬਾਕੀ ਆਪਾਂ ਸਾਰੇ ਜ਼ਿਲ੍ਹਿਆਂ ਦੀ ਗੱਲ ਕਰ ਲਈ ਆ ਭਾਵੇਂ ਲੁਧਿਆਣਾ ਬਠਿੰਡਾ ਪਟਿਆਲਾ ਫਤਿਹਗੜ ਸਾਹਿਬ ਫਿਰੋਜ਼ਪੁਰਿਆ ਤੇ ਸਾਰੇ ਥਾਂ ਤੇ ਜਿਹੜਾ ਟੈਂਪਰੇਚਰ ਆ ਪਾਰਾ ਕਿਤਨਾ ਕਿਤੇ ਡਿੱਗਿਆ ਔਰ ਠੰਡ ਸਾਰੀਆਂ ਜਗ੍ਹਾ ਤੇ ਕਿਤੇ ਨਾ ਕਿਤੇ ਹੈ ਗਈ ਔਰ ਤੁਸੀਂ ਵੀ ਪੰਜਾਬ ਨੂੰ ਆ ਰਹੇ ਹੋ ਤਾਂ ਵੈਸੇ ਸ਼ਕੀਨਤਾ ਸ਼ਾਪਿੰਗ ਕਰਨ ਦੇ ਤੁਸੀਂ ਪੰਜਾਬ ਤੋਂ ਵੀ ਹੁੰਦੇ ਹੋ ਪਰ ਆਪਣਾ ਲਈੜਾ ਕੱਪੜਾ ਲੈ ਕੇ ਆਉਣਾ ਹੈ ਕਿਉਂਕਿ ਤੁਸੀਂ ਦਿੱਲੀ 에어ਪੋਰਟ ਉੱਤਰਦੇ ਹੋ ਅੰਮ੍ਰਿਤਸਰ 에어ਪੋਰਟ ਉੱਤਰਦੇ ਤੋਂ ਉੱਥੋਂ ਤੁਸੀਂ ਘਰ ਤੱਕ ਦਾ ਸਫ਼ਰ ਬੇਸ਼ੱਕ ਭਾਵੇਂ ਗੱਡੀਆਂ 'ਚ ਕਰਨਾ ਹੈ ਰਸਤੇ 'ਚ ਅਸੀਂ ਰੁਕ ਕੇ ਚਾਹ ਪਾਣੀ ਵੀ ਪੀਂਦੇ ਆ ਔਰ ਕਈ ਵਾਰੀ ਦੇ ਵੀ ਕਿਤੇ ਲੈ ਲੈਨੇ ਥੋੜਾ ਬਹੁਤਾ ਸੋ ਆਪਣੇ ਕੱਲੀੜੇ ਕੱਪੜੇ ਦਾ ਜੀ ਹੁਣ ਆਪਾਂ ਹਾਈ ਕੋਰਟ ਦੇ ਵਾਲਾ ਆਪਾਂ ਸਭ ਨੂੰ ਪਤਾ ਪੰਚਾਇਤੀ ਚੋਣਾਂ ਆ ਰਹੀਆਂ ਔਰ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਅਹਿਮ ਖਬਰ ਆਈ ਆ ਹਾਈ ਕੋਰਟ ਨੇ ਪੰਜਾਬ ਚੋਣ ਕਮਿਸ਼ਨ ਦੇ ਕੋਲੋਂ ਸ਼ਡਿਊਲ ਮੰਗਿਆ ਉਹਨਾਂ ਨੇ ਪਹਿਲਾਂ ਵੀ ਮੰਗ ਕੀਤੀ ਸੀਗੀ ਚੋਣ ਕਮਿਸ਼ਨ ਦੇ ਕੋਲੋਂ ਵੀ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਸਾਨੂੰ ਸ케ਜੂਲ ਜਿਹੜਾ ਪੰਚਾਇਤੀ ਚੋਣਾਂ ਦਾ ਭੇਜਿਆ ਜਾਵੇ ਉਸ ਗੱਲ ਨੂੰ ਕਿਤੇ ਨਾ ਕਿਤੇ ਨਕਾਰਿਆ ਗਿਆ ਖੋਪਰੋਖੇ ਕੀਤਾ ਗਿਆ ਪੰਜਾਬ ਚੋਣ ਕਮਿਸ਼ਨ ਨੇ ਇੱਕ ਵਾਰ ਫਿਰ ਤੋਂ ਹਾਈ ਕੋਰਟ ਦੇ ਜਿਹੜੀ ਫਟਕਾਰ ਪਈ ਨਾ ਕਿਹਾ ਜੇਕਰ ਕਿਸੇ ਕਾਰਨ ਵੀ ਜਗਾ ਹੁੰਦਾ ਕਿ ਚੋਣ ਕਮਿਸ਼ਨ ਖੁਦ ਚੋਣ ਰਿਪੋਰਟ ਲੈ ਕੇ ਦਾਲਦ ਵਿੱਚ ਪੇਸ਼ ਹੁੰਦਾ ਨਹੀਂ ਹੁੰਦਾ ਤਾਂ ਉਹਦੇ ਤੇ ਵੀ ਜਿਹੜੀ ਸਖਤਕਾਰ ਰਹੀ ਕੀਤੀ ਜਾਊਗੀ ਕਿਉਂਕਿ ਪੰਜਾਬ ਦੀ ਇੱਕ ਪੰਚਾਇਤ ਦੀ ਉਹ ਪਹੁੰਚਾਉਣ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਰਜ ਕੀਤੀ ਗਈ ਸੀ ਪਵਨ ਜੀ ਜਿਹਦਾ ਨੋਟਿਸ ਲੈਂਦੇ ਹਾਈ ਕੋਰਟ ਨੇ ਮੁਰਤੋਂ ਚੋਣਾ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਸੀਗੇ ਤੇ ਜਦੋਂ ਕੁਝ ਕਾਰਨਾ ਕਰਕੇ ਚੋਣਾ ਨਹੀਂ ਹੋ ਸਟੀਆਂ ਸੀ ਤੇ ਅਦਾਲਤ ਦੇ ਵਿੱਚ ਸਰਕਾਰ ਦੇ ਵਿਰੋਧ ਵੀ ਪਟੀਸ਼ਨ ਪਾਈ ਗਈ ਸੀ ਸੋ ਉਸ ਤੇ ਪਟੀਸ਼ਨ ਦੀ ਸੁਣਵਾਈ ਕਰਦੇ ਆ ਜਿਹੜਾ ਕੋਰਟ ਨੇ ਆਪਣੀ ਸਖਤਾਈ ਥੋੜੀ ਜੀ ਦਿਖਾਈ ਇਸੋ ਬਾਤ ਚਾਲਦੀ ਆ ਪਸਭ ਨੂੰ ਪਤਾ ਹੈ ਕਿ ਕਿੰਨੇ ਸੂਬਿਆਂ ਦੇ ਵਿੱਚ ਭਾਜਪਾ ਨੇ ਜਿੱਤ ਹਾਸਲ ਕੀਤੀ ਆ ਹਾਂਜੀ ਔਰ ਜਿੱਤ ਤੋਂ ਬਾਅਦ ਜਿਹੜਾ ਕਾਂਗਰਸ ਦੇ ਉੱਪਰ ਅਮਿਤ ਸ਼ਾਹ ਹੁਣਾਂ ਨੇ ਜਿਹੜਾ ਵੱਡਾ ਹਮਲਾ ਬੋਲਿਆ ਲੋਕ ਸਭਾ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਨੇ ਕਿਹਾ ਵੀ ਜਿਹੜੇ ਨਹਿਰੂ ਦੀਆਂ ਗਲਤੀਆਂ ਦੇ ਕਾਰਨ ਪੀਓਕੇ ਬਣਿਆ ਸੀ ਉਹਨਾਂ ਕਿਹਾ ਕਿਸੇ ਪੰਡਿਤ ਨਰੂ ਦੇ ਪ੍ਰਧਾਨ ਮੰਤਰੀ ਹੁੰਦਿਆਂ ਦੋ ਵੱਡੀਆਂ ਗਲਤੀਆਂ ਹੋਈਆਂ ਸੀ ਜਿਸ ਤੱਕ ਅਮਿਆਜਾ ਕਸ਼ਮੀਰ ਨੂੰ ਸਾਲਾਂ ਤੱਕ ਭੁਗਤਣਾ ਪਿਆ ਸੀ ਤੇ ਜਦੋਂ ਸਾਡੀ ਫੌਜ ਜੇਤਰੀ ਸੀ ਪੰਜਾਬ ਦੇ ਖੇਤਰ ਦੇ ਵਿੱਚ ਪਹੁੰਚ ਲਈ ਜਿਹੜੀ ਜੰਗਬੰਦੀ ਸੀ ਉਹ ਲਾਗੂ ਕਰ ਦਿੱਤੀ ਗਈ ਸੀ ਤਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਜਿਹੜਾ ਜਨਮ ਹੋਇਆ ਸੀ ਉਹ ਕਹਿ ਸਕਦੇ ਆ ਵੀ ਜਦੋਂ ਕੋਈ ਪਾਰਟੀ ਕਿਸੇ ਤੇ ਭਾਰੂ ਹੁੰਦੀ ਆ ਜਿੱਤ ਦੀ ਤਾਂ ਜਿੱਤ ਦਾ ਥੋੜਾ ਫਤੂਰ ਵੀ ਹੁੰਦਾ ਫਖਰ ਵੀ ਹੁੰਦਾ ਆ ਤੇ ਉਦੋਂ ਫਿਰ ਪ੍ਰਾਣੀਆਂ ਪਾਰਟੀਆਂ ਦੀਆਂ ਕਿਤੇ ਨਾ ਕਿਤੇ ਗਲਤੀਆਂ ਜਿਹੜੇ ਨੇ ਉਹ ਤੁਹਾਡੇ ਫੁੱਲੇ ਜਾਂਦੇ ਨੇ ਵੀ ਤੁਸੀਂ ਆਹਾਹਾ ਕਰਦੇ ਰਹੇ ਹੋ ਤੇ ਲੋਕਾਂ ਨੂੰ ਅਜੇ ਭੁੱਲਿਆ ਨਹੀਂ ਯਾਦ ਆ ਹਨ ਤੇ ਚਾਹੇ ਉਹਦੇ ਵਿੱਚ ਅਗਲੇ ਨੇ ਆਪਣੀਆਂ ਗਲਤੀਆਂ 'ਚ ਭਾਵੇਂ ਸੁਧਾਰ ਕੀਤਾ ਹੋਵੇ ਸੋ ਵਿਰੋਧੀ ਜਿਹੜੇ ਨੇ ਉਹ ਹਮੇਸ਼ਾ ਹੀ ਸੱਤਾ ਨੂੰ ਕਾਮ ਯਾਦ ਕਰਾਉਂਦੇ ਨੇ ਸੱਤਾ ਜਿਹੜੀ ਆ ਉਹ ਵੀ ਵਿਰੋਧੀਆਂ ਦੀਆਂ ਕਿਤੇ ਨਾ ਕਿਤੇ ਜਦੋਂ ਜਿੱਤਦੀ ਆ ਯਾਦ ਕਰਾਉਂਦੇ ਲੋਕ ਸਭਾ ਦਾ ਸੈਸ਼ਨ ਕੁਝ ਇਦਾਂ ਵਈ ਗਿਆ ਜੀ ਬਿਲਕੁਲ ਔਰ ਸਾਡੇ ਨਾਲ ਜੁੜ ਚੁੱਕੇ ਨੇ ਜੀ ਬੀ ਡਬਲਯੂ ਸੀ ਇਮੀਗ੍ਰੇਸ਼ਨ ਤੋਂ ਮੈਡਮ ਵਰਮਾ ਜੀ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਸਵਾਗਤ ਹੈ ਜੀ ਆਪ ਜੀ ਦਾ ਹਾਂਜੀ ਸਸਕਲ ਸਰਿਆ ਨੂੰ ਹਾਂਜੀ ਸਸਕਲ ਜੀ ਔਰ ਇਮੀਗ੍ਰੇਸ਼ਨ ਦੇ ਵਿੱਚ ਨਵੀਆਂ-ਨਵੀਆਂ ਅਪਡੇਟਸ ਜਿਹੜੀਆਂ ਜੇ ਆਉਂਦੀਆਂ ਹੈਗੀਆਂ ਨੇ ਤੇ ਤੁਸੀਂ ਸਾਡੇ ਨਾਲ ਕੁਝ ਨਵੀਂ ਅਪਡੇਟ ਜਿਹੜੀ ਹੈਗੀ ਹੈ ਜੀ ਅੱਜਕੱਲ ਕੀ ਖਬਰ ਸਾਂਝੀ ਕਰੋਗੇ ਹਾਂਜੀ ਅਸੀਂ ਤੁਹਾਨੂੰ ਟੈਂਡਰ ਸੁਣਾ ਚਾਹਾਂਗੇ ਕੱਲ ਅਨਟਾਰੀਓ ਪੀਐਨਪੀ ਦਾ ਨਵਾਂ ਡਰਾ ਆਇਆ ਹੈ ਜਿਹਦੇ ਵਿੱਚ ਉਹਨਾਂ ਨੇ ਫੋਰਨ ਵਰਕਰਸ ਟੀਮ ਦੇ ਅੰਡਰ ਸਕਿੱਲ ਕੈਡ ਹੈਲਥ ਆਰ ਟੈਕ ਓਕੂਪੇਸ਼ਨਸ ਨੂੰ ਇੰਵੀਟੇਸ਼ਨ ਇਨਵਾਈਟ ਕੀਤਾ ਹੈ ਸੋ ਇਹਨਾਂ ਦੀ ਹੋਰ ਜਾਣਕਾਰੀ ਲੈਣ ਲਈ ਤੁਸੀਂ ਬੀਡਬਲੂਸੀ ਨਾਲ ਆਫਸਰ ਕੰਟੈਕਟ ਕਰੋ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਕਿਸੇ ਵੀ ਰਿਸ਼ਤੇਦਾਰ ਨੂੰ ਰਿਲੇਟਿਵ ਨੂੰ ਪੈਨਪ੍ਰਾਨੋ ਇੰਡੀਆ ਦੇ ਵਿੱਚ ਹੈਲਥ ਸਰਵਿਸਿਜ਼ ਦੇ ਵਿੱਚ ਕੋਈ ਵੀ ਐਕਸਪੀਰੀਅੰਸ ਹੈਗਾ 2 ਸਾਲ ਦਾ ਔਰ ਨਾਲ ਨਾਲ ਉਹਨਾਂ ਨੇ ਇਹ ਵੀ ਅੰਡਰ ਕੋਈ এডੂਕੇਸ਼ਨ ਕੀਤੀ ਹੋਈ ਹੈ ਸੋ ਉਹਨਾਂ ਲਈ ਜਨ ਜਿਆਦਾ ਹੋਰ ਵੀ ਜਾਣਕਾਰੀ ਕਰਨ ਲੈਣ ਦੇ ਲਈ ਔਰ ਉਹਨਾਂ ਨੂੰ ਵੀ ਦੱਸ ਕੀ ਇਸ ਤਰ੍ਹਾਂ ਬੰਡੀਆ ਐਮਡੀਆ ਤੋਂ ਇੱਥੇ ਵੀਆਰ ਕਰਵਾ ਸਕਦੇ ਆਂ ਔਰ ਵਰਕ ਪਰਮਿਟ ਦੇ ਤੇ ਲੈ ਕੇ ਆ ਸਕਦੇ ਆਂ ਸੋ ਇਹਨਾਂ ਚੀਜ਼ਾਂ ਦੇ ਮੀਨ ਡਿਸਕਸ਼ਨ ਕਰਨ ਦੇ ਲਈ ਤੁਸੀਂ ਵੀ ਡਬਲਯੂ ਸੀ ਡੀ ਡੀ ਨੂੰ ਦੇ ਨਾਲ ਦਾਸ ਤੱਕ ਕੰਮ ਕਰ ਸਕਦੇ ਹੋ ਜੀ ਆਪਣਾ ਫੋਨ ਨੰਬਰ ਤੇ ਲੋਕੇਸ਼ਨ ਜ਼ਰੂਰ ਸਾਂਝਾ ਕਰ ਦਿਓ ਜੀ ਸਰਡ ਆਫਿਸ ਵੀਰ ਹੈ ਜਿਹੜਾ 750 ਹੈਗਾ ਯਾ ਸੋ 350 ਰੈਡਫੋਰਡ ਸਾਊਥ ਪਲੇਸਾ ਨੰਬਰ 2 ਸੋ ਸਟਾਫੋਨ ਨੰਬਰ ਹੈਗਾ 9059121155 ਤੇ ਜਿਮੀ ਅੱਜਕੱਲ ਜਿਹੜੇ ਜੀ ਇੰਟਰਨੈਸ਼ਨਲ ਸਟੂਡੈਂਟ ਨੂੰ ਕਾਫੀ ਦਿੱਕਤਾਂ ਆ ਰਹੀਆਂ ਹੈਗੀਆਂ ਨੇ ਪਰਮਨੈਂਟ ਰੈਜ਼ੀਡੈਂਸੀ ਹਾਸਲ ਕਰਨ ਦੇ ਲਈ ਤੇ ਉਹਦੇ ਵਿੱਚ ਤੁਸੀਂ ਕੀ ਹੈਲਪ ਕਰ ਸਕਦੇ ਹੋ ਕੀ ਸਲਾਹ ਦੇ ਸਕਦੇ ਹੋ ਸupermanent residency ਦੇ ਲਈ ਕਿਉਂਕਿ ਬਹੁਤ ਸਾਰੇ ਪ੍ਰੋਗਰਾਮ ਹੈਗੇ ਆ ਕਿ ਉਹਨਾਂ ਨੇ ਕਿਸ ਕੈਟਾਗਰੀ ਦੇ ਅੰਦਰ ਜਿਹੜੀ ਹੈਗੀ ਜੌਬ ਕੀਤੀ ਹੋਈ ਹੈ ਸੋ ਅੱਗੇ ਉਹਨਾਂ ਦੇ ਲਈ ਹੋਰ ਕਿਹੜੇ ਅਕੁਪੇਸ਼ਨਸ ਹੈਗੇ ਆ ਜਿਨ੍ਹਾਂ ਦੇ ਅੰਦਰ ਔਰ ਕਿਸ ਡਿਫਰੈਂਟ ਡਿਫਰੈਂਟ ਪ੍ਰੋਵਿੰਸ ਦੇ ਵਿੱਚ ਕਿਤਾ ਜਾ ਕੇ ਉਹ ਆਪਣੀ ਪੀਆਰ ਲੈ ਸਕਦੇ ਆ ਪੀਐਨਪੀ ਦੇ ਪ੍ਰੋਗਰਾਮਸ ਹੈਗੇ ਆ اےਆਈਪੀ ਦੇ ਪ੍ਰੋਗਰਾਮਸ ਹੈਗੇ ਆ ਸੋ ਇਹਨਾਂ ਮੇਨ ਸਾਰੇ ਪ੍ਰੋਗਰਾਮਾਂ ਨੂੰ ਤੁਸੀਂ ਜਾਣਨ ਦੇ ਲਈ ਸਾਡੇ ਨਾਲ ਅਪਾਇੰਟਮੈਂਟ ਬਣਾ ਸਕਦੇ ਹੋ ਆਫਿਸ ਵਿਜ਼ਿਟ ਕਰ ਸਕਦੇ ਹੋ ਸੋ ਦੇ ਲਈ ਤੁਸੀਂ ਸਾਨੂੰ ਕਾਲ ਕਰਕੇ 9059121155 ਤੇ ਅਪਾਇੰਟਮੈਂਟ ਬਣਾ ਕੇ ਕਿਸੇ ਵੀ ਸਮੇਂ ਆ ਸਕਦੇ ਹੋ ਸੋ ਇਹਨਾਂ ਪ੍ਰੋਗਰਾਮ ਬਾਰੇ ਅਸੀਂ ਸੱਦ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਸੋ ਥੈਂਕ ਯੂ ਜੀ ਫਿਰ ਅਗਲੇ ਸੈਗਮੈਂਟ ਦੇ ਵਿੱਚ ਹੋਰ ਇਮੀਗ੍ਰੇਸ਼ਨ ਦੀ ਅਪਡੇਟਸ ਦੇ ਲਈ ਤੁਹਾਡੇ ਨਾਲ ਦੁਬਾਰਾ ਜੁੜਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਔਰ ਜੀ ਰਮਨ ਜੀ ਪਵਨ ਜੀ ਹੁਣੇ ਆਪਾਂ ਮਨਪ੍ਰੀਤ ਹੋਂਨਾ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਠੰਡ ਦੇ ਸਾਨੂੰ ਜਾਣਕਾਰੀ ਦਿੱਤੀ ਹੈ ਤੇ ਮੇਰੇ ਖਿਆਲ 'ਚ ਠੰਡ 'ਚ ਜੇ ਆਪਾਂ ਕੱਪੜੇ ਵਧੀਆ ਖਰੀਦਦੇ ਨੇ ਨੇ ਹਣਾ ਉਹ ਵੀ ਸਰਦੀਆਂ ਵਾਲੀਆਂ ਵਧੀਆ ਕੋਟੀਆਂ ਖਰੀਦਣੀਆਂ ਨੇ ਤੇ ਜਾਂ ਫਿਰ ਕੋਈ ਸਟਾਈਲਿਸ਼ ਜਾਂ ਡਿਜ਼ਾਈਨਰ ਕੱਪੜੇ ਖਰੀਦਦੇ ਨੇ ਜਿਦੇ ਵਿੱਚ ਆਪਾਂ ਨੂੰ ਉਹਦਾ ਕੈਜੂਅਲ ਜਾਂ ਫਿਰ ਫਾਰਮਲ ਵੇਅਰ ਤੇ ਅਸੀ ਸਟੈਂਡਰਡ ਵੇਅਰ ਕਲੋਥਿੰਗ ਦੇ ਨਾਲ ਕੰਟੈਕਟ ਕਰ ਸਕਦੇ ਆ ਕਿਉਂਕਿ ਕੰਟੈਕਟ ਅਸੀਂ ਤਾਂ ਕਰਨਾ ਹੈ ਕਿਉਂਕਿ ਇੱਥੇ ਕੱਪੜੇ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਵਧੀਆ ਆ ਤੇ 226 9887939 ਤੇ ਇਹਨਾਂ ਦੇ ਨਾਲ ਗੱਲ ਕਰਸੇ ਇਹਨਾਂ ਦਾ ਤੁਸੀਂ ਵਿਜ਼ਿਟ ਕਰ ਸਕਦੇ ਹੋ ਸ਼ਾਪ ਨੂੰ ਤੇ ਨਾਲ ਹੀ ਇੱਕ ਗੱਲ ਹੋ ਰਿਹਾ ਵੀ ਜੇ ਤੁਸੀਂ ਕੱਪੜੇ ਤਾਂ ਵਧੀਆ ਲੈਣੇ ਹੀ ਲੈਣੇ ਨੇ ਪਰ ਤੁਹਾਨੂੰ ਚੰਗੀ ਖਰਾਕ ਦੀ ਵੀ ਲੋੜ ਹੈ ਤੇ ਇਹਦੇ ਨਾਲ ਤੁਸੀਂ ਦੇਸੀ ਚੱਕੀ ਆਟਾ ਨੂੰ ਕੰਟੈਕਟ ਕਰ ਸਕਦੇ ਹੋ ਕਿਉਂਕਿ ਆਟਾ ਇਥੇ ਵਧੀਆ ਕੁਆਲਿਟੀ ਦਾ ਤੇ ਖਾਸियत ਸਭ ਤੋਂ ਵੱਡੀ ਇਹ ਹੈ ਕਿ ਆਟਾ ਬਹੁਤ ਹੀ ਜਲਦੀ ਹজম ਹੁੰਦਾ ਹੈ ਤੇ wheat rice corn ਦੇ ਨਾਲ ਤੁਹਾਨੂੰ ਆਟੇ ਦੇ ਵਿੱਚ ਮਿਲੇਗਾ ਤੇ ਇਹ ਦੱਸ ਜੀ ਕਿ ਇਹਨਾਂ ਦਾ ਨੰਬਰ ਹੈਗਾ ਯਾ 416675444 ਇਹਨਾਂ ਦਾ ਨੰਬਰ ਤੁਸੀਂ ਡਾਇਲ ਕਰਕੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਦੇਸੀ ਚੱਕੀ ਆਟਾ ਤੋਂ ਵਧੀਆ ਤਰੀਕੇ ਦਾ ਆਟਾ ਖਰੀਦ ਸਕਦੇ ਹੋ ਜੀ ਬਿਲਕੁਲ ਔਰ ਦੁਬਾਰਾ ਆਪਾਂ ਜੁੜਦੇ ਹਾਂਗੇ ਮਨਪ੍ਰੀਤ ਹੁਣਾਂ ਦੇ ਨਾਲ ਤੇ ਮਨਪ੍ਰੀਤ ਜੀ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਜੀ ਜੀ ਮਨਪ੍ਰੀਤ ਜੀ ਜੀ ਆਪਾਂ ਅਗਲੇ ਖਬਰਾਂ ਉਹ ਬੋਲਦੇ ਹਾਂ ਜੀ ਹਾਂਜੀ 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 ਬਿਲਕੁਲ ਜੀ ਰਾਜਪਾਲ ਤੇ ਪੰਜਾਬ ਸਰਕਾਰ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਜਿਹੜੀ ਆ ਖਿੱਚੋਤਾਂ ਦੀਆਂ ਖਬਰਾਂ ਆ ਰਹੀਆਂ ਨੇ ਕਹਿ ਸਕਦੇ ਵੀ ਫਿਰ ਤੋਂ ਉਹਨਾਂ ਦੀ ਇੱਕ ਵਾਰੀ ਖੜਕੀ ਕਿਉਂਕਿ ਰੀਜ਼ਨ ਏਰੀਆ ਕਿਉਂਕਿ ਪਿਛਲੇ ਸਮੇਂ ਤੋਂ ਵੀ ਅਸੀਂ ਦੇਖਦੇ ਆਏ ਕਈ ਮਹੀਨਿਆਂ ਤੋਂ ਕੁਝ ਬਿੱਲਾਂ ਨੂੰ ਲੈ ਕੇ ਜਾਂ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਵੀ ਇਹ ਬੇਬੁਨਿਆਦੀ ਆ ਇਸ ਤਰੀਕੇ ਦੀਆਂ ਰਾਜਪਾਲ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਪਰ ਕਹਿ ਸਕਦੇ ਆ ਵੀ ਇਹ ਗੱਲਾਂ ਬਾਤਾਂ ਜਿਹੜੀਆਂ ਥੋਪੀਆਂ ਜਾ ਰਹੀਆਂ ਸੀ ਤੇ ਇੱਕ ਵਾਰ ਫਿਰ ਜੰਮ ਕੇ ਆਮੋ ਸਾਹਮਣੇ ਆਏ ਨੇ ਬਨਵਾਰੀ لال ਪ੍ਰੋਹਿਤ ਹੁਣਾਂ ਨੇ ਵਿਧਾਨ ਸਭਾ ਦੇ ਵੱਲੋਂ ਪਾਸ ਕੀਤੇ ਤਿੰਨ ਅਹਿਮ ਬਿੱਲ ਜਿਹੜੇ ਨੇ ਉਹ ਰਾਖਵੇਂ ਰੱਖਿਆ ਜਿੰਨੂੰ ਦੇਖ ਕੇ ਇੱਕ ਵਾਰੀ ਫਿਰ ਤੋਂ ਤਲਖੀ ਵਧੀਆ ਰਾਜਪਾਲ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਬਿੱਲਾਂ ਤੇ ਰਾਸ਼ਟਰਪਤੀ ਦੇ ਨਾਲ ਚਰਚਾ ਕੀਤੀ ਜਾਊਗੀ ਰਾਜਪਾਲ ਨੇ ਕਿਹਾ ਕਿ ਪਹਿਲਾਂ ਇਹਨਾਂ ਬਿੱਲਾਂ ਦੇ ਨਾਲ ਰਾਸ਼ਟਰਪਤੀ ਨਾਲ ਚਰਚਾ ਕੀਤੀ ਜਾਊਗੀ ਉਸ ਤੋਂ ਬਾਅਦ ਇਹ ਬਿੱਲ ਜਿਹੜੇ ਨੇ ਪਾਸ ਕੀਤੇ ਜਾਣਗੇ ਔਰ ਇਹ ਬਿੱਲ ਸੀਗੇ ਪੰਜਾਬ ਯੂਨੀਵਰਸਿਟੀ ਨੁਕਸਾਨ ਸੋਧ ਬਿੱਲ ਸਿੱਖ ਗੁਰਦੁਆਰੇ ਸੋਧ ਬਿੱਲ ਤੇ ਪੰਜਾਬ ਪੁਲਿਸ ਸੋਧ ਬਿੱਲ ਸੋ ਇਹਨੂੰ ਲੈ ਕੇ ਜੂਨ ਦੇ ਵਿੱਚ ਪਹਿਲਾਂ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋਇਆ ਸੀ ਔਰ ਇਹ ਬਿੱਲ ਪਾਸ ਕੀਤੇ ਗਏ ਉਸ ਤੋਂ ਬਾਅਦ ਰਾਜਪਾਲ ਦੇ ਕਿਤੇ ਨਾ ਕਿਤੇ ਦਸਤਕਤ ਹੋਣੇ ਸੀ ਔਰ ਪਿਛਲੇ 5 ਮਹੀਨਿਆਂ ਤੋਂ ਪੈਂਡਿੰਗ ਪਏ ਬਿੱਲਾਂ ਨੂੰ ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਸੰਵਿਧਾਨ ਦੀ ਧਾਰਾ 200 ਦੇ ਤਹਿਤ ਉਹ ਕਹਿੰਦੇ ਕਿ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੋਇਆਂ ਜਿਹੜੇ ਜਿਹੜਾ ਰਾਜਪਾਲ ਨੇ ਇਹ ਰਾਸ਼ਟਰਪਤੀ ਨੂੰ ਭੇਜੇ ਨੇ ਬਿੱਲ ਹੁਣ ਆਪਾਂ ਇਥੇ ਇਹ ਅੰਦਾਜ਼ਾ ਲਗਾ ਸਕਦੇ ਕਿ ਜਿਹੜੀਆਂ ਚੀਜ਼ਾਂ ਇੰਨੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਕਿਤੇ ਨਾ ਕਿਤੇ ਉਹਨਾਂ ਨੂੰ ਜਦੋਂ ਵਿਧਾਨ ਸਭਾ ਚ ਪਾਸ ਕੀਤਾ ਜਾਂਦਾ ਹੈ ਰਾਜਪਾਲ ਕੋਲ ਭੇਜਿਆ ਜਾਂਦਾ ਇੱਕ ਉਮੀਦ ਜੀ ਜਾਗਦੀ ਆ ਵੀ ਇਹਨਾਂ ਤਾਂ ਹੁਣ ਕੁਝ ਬਣ ਜੂਗਾ ਵੀ ਗੇਮ ਸਾਡੇ ਹੱਥ 'ਚ ਆ ਹੁਣ ਜਦੋਂ ਰਾਸ਼ਟਰਪਤੀ ਦੇ ਕੋਲ ਬਿਲ ਪੰਚਾਇਤ ਦੀ ਗੱਲ ਸਾਹਮਣੇ ਆਉਂਦੀ ਆ ਤਾਂ ਜ਼ਾਹਰ ਜੀ ਗੱਲ ਆ ਅਸੀਂ ਅੰਦਾਜ਼ਾ ਲਗਾ ਸਕਦੇ ਆ ਵੀ ਬਿੱਲ ਅਜੇ ਹੋਰ ਪਤਾ ਨਹੀਂ ਕਿੰਨਾ ਸਮਾਂ ਲਟਕ ਸਕਦੇ ਨੇ ਜੋ ਬਿਲਕੁਲ ਔਰ ਰਾਜਨੀਤੀ ਜਿਹੜੀ ਜੀ ਇਸੇ ਤਰੀਕੇ ਦੇ ਨਾਲ ਚਲਦੀ ਰਹਿੰਦੀ ਹੈਗੀ ਆ ਕਦੀ ਕਹਿੰਦੇ ਹੁੰਦੇ ਨਾ ਜੀ ਵੀ ਗੇਂਦ ਕਦੀ ਆਪਾਂ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਇੱਕ ਤੋਂ ਦੂਜੇ ਪਾਸੇ ਦੇ ਪਾਲੇ ਦੇ ਵਿੱਚ ਆਪਾਂ ਸਿੱਟਦੇ ਰਹੇ ਨੇ ਕਦੀ ਰਾਜਪਾਲ ਦੇ ਪਾਲੇ ਦੇ ਵਿੱਚ ਗੇਂਦ ਹੁੰਦੀ ਹੈ ਤੇ ਕਦੀ ਸਰਕਾਰ ਦੇ ਔਰ ਇਹਦੇ ਚੀਜ਼ਾਂ ਚੱਲਦੀਆਂ ਜੀ ਪੰਡਿਤ ਨੰਦਾ ਜੀ ਦਾ ਨੰਬਰ ਜਿਹੜਾ ਜੀ ਮੈਂ ਜ਼ਰੂਰ ਦੇਵਾਂਗਾ ਅਗਰ ਤੁਸੀਂ ਵਾਸਤੂ ਘਰ ਦਾ ਕਰਵਾਉਣਾ ਹੈਗਾ ਆ ਜਾਂ ਫਿਰ ਤੁਸੀਂ ਐਸਟ੍ਰੋਲੋਜੀ ਦੀ ਕੋਈ ਵੀ ਸਲਾਹ مشورہ ਕਰਨਾ ਹੈਗਾ ਤੇ ਪੰਡਿਤ ਨੰਦਾ ਜੀ ਕਾਫੀ ਵਧੀਆ ਤੁਹਾਨੂੰ ਐਸਟ੍ਰੋਲੋਜੀ ਦੱਸ ਸਕਦੇ ਨੇ 41666992094166699209 ਪੰਡਿਤ ਨੰਦਾ ਜੀ ਦਾ ਨੰਬਰ ਹੈਗਾ ਜੀ ਔਰ ਸਿੰਗਾਪੁਰ ਜੁਐਲਰਸ ਤੋਂ ਤੁਸੀਂ ਲੈ ਸਕਦੇ ਹੋ ਢੇਰ ساری ਬਚਤ ਕਰ ਸਕਦੇ ਹੋ ਤੇ ਜੁਐਲਰੀ ਲੈਣੀ ਹੈਗੀ ਆ ਡਾਇਮੰਡ ਦੀ ਹੋਵੇ ਤੇ ਜਾਂ ਫਿਰ ਹੋਵੇ ਜੀ 골ਡ ਦੀ ਤੇ ਜਾਂ ਫਿਰ ਤੁਸੀਂ সিলਵਰ ਦੇ ਕੋਈ ਵੀ ਸਮਾਨ ਲੈਣਾ ਹੈਗਾ ਤੇ ਤੁਸੀਂ ਪਹੁੰਚਣਾ ਹੈਗਾ ਸਿੰਗਾਪੁਰ ਜੁਵਲਰ 905612 1500 90564612 1500 ਦੇ ਉੱਤੇ ਤੁਸੀਂ ਸਿੰਗਾਪੁਰ ਜੁਵਲਰਸ ਦੇ ਨਾਲ ਗੱਲਬਾਤ ਕਰਨੀ ਹੈ ਜੀ ਪੰਜਾਬ سپورٹس ਹਮੇਸ਼ਾ ਬਹੁਤ ਹੀ ਵੱਡਾ ਨਾਮ ਹੈਗਾ ਬ੍ਰੈਂਟਨ ਦੇ ਵਿੱਚ ਉੱਥੋਂ ਤੁਸੀਂ ਬਣਵਾਉਣੇ ਹੈਗੇ ਨੇ ਜੀ ਸਪੋਰਟਸ ਵੇਅਰ ਕ੍ਰਿਕਟ ਐਂਡ ਸੌਕਰ ਦਾ ਕੋਈ ਵੀ ਐਸੈਸਰੀ ਬਣਾਉਣੀ ਆ ਜਾਂ ਫਿਰ ਤੁਸੀਂ ਕੋਈ ਯੂਨੀਫਾਰਮ ਬਣਵਾਉਣੀ ਹੈਗੀ ਆ ਤੁਸੀਂ ਤੁਹਾਡੀ ਕੋਈ ਕਲੱਬ ਹੈਗੀ ਆ ਤੁਸੀਂ ਕੋਈ ਟਰੋਫੀਜ਼ ਲੈ ਕੇ ਜਾਣੀਆਂ ਹੈਗੀਆਂ ਨੇ ਤੇ ਪੰਜਾਬ ਸਪੋਰਟਸ ਇੱਕੋ ਇੱਕ ਵੱਡਾ ਨਾਮ ਸਟੀਲ ਐਂਡ ਟਾਰਬ੍ਰਮ ਦੀ ਇੰਟਰਸੈਕਸ਼ਨ ਦੇ ਉੱਤੇ ਪੰਜਾਬ ਸਪੋਰਟਸ 905 789 7664 ਦੇ ਉੱਤੇ ਤੁਸੀਂ ਪੰਜਾਬ ਸਪੋਰਟਸ ਦੇ ਨਾਲ ਗੱਲਬਾਤ ਜਿਹੜੀ ਜੀ ਕਰਨੀ ਆ ਤੇ ਮਨਪ੍ਰੀਤ ਹੁਣਾਂ ਤੋਂ ਆਪਾਂ ਅਗਲੀ ਖਬਰ ਦੇ ਵੱਲ ਚੱਲਦੇ ਆਂ ਅਗਲੀ ਖਬਰ ਇੱਕ ਬਹੁਤ ਹੀ ਵਧੀਆ ਖ਼ੈਦ ਖ਼ਬਰ ਆਈ ਹੈ ਉਹ ਇਹ ਆ ਵੀ 100 ਸਭ ਤੋਂ ਵੱਧ ਤਾਕਤਵਰ ਔਰਤਾਂ ਦੀ ਸੂਚੀ ਜਿਹੜੀ ਆ ਉਹ ਤਿਆਰ ਕੀਤੀ ਗਈ ਜਿਦੇ ਵਿੱਚ 4 ਭਾਰਤੀ ਔਰਤਾਂ ਵੀ ਜਿਹੜੀਆਂ ਸ਼ਾਮਲ ਨੇ ਮਸ਼ਹੂਰ ਮੈਗਜ਼ੀਨ ਆ ਫੋਰਬਸ ਉਹਨੇ 223 ਦੇ ਲਈ ਦੁਨੀਆ ਦੀਆਂ ਸਭ ਤੋਂ ਤਾਕਤਵਰ ਔਰਤਾਂ ਦੀ ਜਿਹੜੀ ਸੂਚੀ ਤਿਆਰ ਕੀਤੀ ਆ ਔਰ ਜਿਹਦੇ ਵਿੱਚ ਮਸ਼ਹੂਰ ਗਾਇਕਾ ਟੇਲਰ ਸਵਿਫਟ ਤੇ ਅਮਰੀਕਾ ਦੀ ਉਹ ਪ੍ਰਸ਼ਧਪਤੀ ਕਮਲਾ ਹੈਰਿਸ ਵਰਗੀਆਂ ਮਸ਼ਹੂਰ ਹਸਤੀਆਂ ਉਸ ਦੁਨੀਆ ਦੀ ਜਾਂ ਕਹਿ ਸਕਦੇ ਸ਼ਕਤੀਸ਼ਾਲੀ ਔਰਤਾਂ ਦੀ ਹਿੱਟ ਲਿਸਟ ਦੇ ਵਿੱਚ ਸ਼ਾਮਲ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਮਣੇ ਸੂਚੀ ਦੇ ਵਿੱਚ ਬਤਵੇਂ ਸਥਾਨ ਤੇ ਆ ਪਾਰਟ ਤੋਂ ਹੋਰ ਸੂਚੀ ਵਿੱਚ ਤਿੰਨ ਹੋਰ ਭਾਰਤੀ ਔਰਤਾਂ ਐ ਐਚਸੀਐਲ ਕਾਰਪੋਰੇਸ਼ਨ ਦੀ ਸੀਓ ਰੋਸ਼ਨੀ 나ਦਰਮਨ ਹੋਤਰਾ ਰੈਂਕ 60 ਨੰਬਰ ਤੇ ਸਟੀਲ ਅਥਾਰਟੀ ਆਫ ਇੰਡੀਆ ਦੀ ਚੇਅਰਪਰਸਨ 소마 ਮੰਡਲ ਰੈਂਕ 70 ਤੇ ਬਾਇਓਕਾਮ ਦੀ ਸੰਸਥਾਪਕ ਕਿਰਨ ਮਜ਼ਦੂਮਦਾਰ ਸ਼ਾ ਇਹ ਰੈਂਕ 77ਵੇਂ ਤੇ ਸ਼ਾਮਲ ਆਈਆਂ ਨੇ ਸੋ ਇਹ ਲਗਾਤਾਰ ਪੰਜਵੀਂ ਵਾਰ ਹੋਇਆ ਜਦੋਂ ਸੀਤਾ ਨਿਰਮਲਾ ਸੀਤਾ ਰਮਨ ਹੋਣੀ ਇਸ ਸੂਚੀ ਦੇ ਵਿੱਚ ਉਹਨਾਂ ਨੇ ਆਪਣੀ ਜਗ੍ਹਾ ਬਣਾਈਆਂ ਪਿਛਲੇ ਸਾਲ ਵੀ ਉਹ ਸੂਚੀ 'ਚ 6ਵੇਂ ਸਥਾਨ ਤੇ ਸੀ ਇਸ ਵਾਰ ਹੋਰ ਵਧਾਈ ਦੇ ਪਾਤਰ ਬਣੇ ਨੇ ਕਿ 4 ਸਥਾਨ ਹੋਰ ਉੱਪਰ ਰਹੇ ਨੇ ਜਦਕਿ 2021 ਦੀ ਗੱਲ ਕਰੀਏ ਉਹ 20ਵੇਂ ਸਥਾਨ ਤੇ ਸੀ ਗੱਲ ਕੁਛ ਨਹੀਂ ਹੁੰਦੀ ਜਦੋਂ ਅਸੀਂ ਤਵੱਜੋ ਦਿੰਨੇ ਆ ਕਿ ਔਰਤ ਨੂੰ ਵੀ ਸਮਾਜ ਦੇ ਵਿੱਚ ਬਰਾਬਰ ਦੇ ਹੱਕ ਨੇ ਜਾਂ ਸਮਾਜ ਦੇ ਵਾਅਦੇ ਦੇ ਵਿੱਚ ਔਰਤ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਸਹਿਯੋਗ ਆ ਤੇ ਜੇਕਰ ਉਹਨਾਂ ਨੂੰ ਥੋੜੀ ਜੀ ਤਵੱਜੋ ਰਿਸਪੈਕਟ ਮਾਨ ਸਨਮਾਨ ਮਿਲੇ ਤਾਂ ਦੂਜੀਆਂ ਔਰਤਾਂ ਦਾ ਵੀ ਸਕਸੈਸਫੁਲ ਔਰਤਾਂ ਨੂੰ ਦੇਖ ਕੇ ਦੂਜੀਆਂ ਔਰਤਾਂ ਦਾ ਜਿਹੜਾ ਮਨੋਬਲ ਆ ਪਵਨ ਜੀ ਹੋਰ ਉੱਚਾ ਉੱਠਦਾ ਹੈ ਉਤਸ਼ਾਹਿਤ ਹੁੰਦੀਆਂ ਸੋ ਸਾਨੂੰ ਇਹਨਾਂ ਸਾਰੀਆਂ ਔਰਤਾਂ ਨੂੰ ਸਾਡੇ ਵੱਲੋਂ ਇਹ ਵਧਾਈ ਦੀਆਂ ਪਾਤਰ ਨੇ ਸ਼ੋਭੇ ਸ਼ਾਵਾਂ ਦੇ ਸਾਡੇ ਵੱਲੋਂ ਇਹਨਾਂ ਨੂੰ ਜੀ ਬਿਲਕੁਲ aur BWC ਇਮੀਗ੍ਰੇਸ਼ਨ ਦੀ ਗੱਲਬਾਤ ਕਰਦੇ ਹੈਗੇ ਆ 905 912 11 55 905 912 11 55 ਤੇ ਤੁਹਾਡੀ ਗੱਲਬਾਤ ਜੀ BWC ਇਮੀਗ੍ਰੇਸ਼ਨ ਦੇ ਨਾਲ ਕੀਤੀ ਜਾ ਸਕਦੀ ਹੈ ਰਮਨ ਕੁਝ ਐਡ ਅਪ ਕਰਨਾ ਚਾਹੁੰਦੇ ਨੇ ਜੀ ਰਮਨ ਬਿਲਕੁਲ ਪਵਨ ਜੀ ਤੇ ਮੈਂ ਵੀ ਦੱਸਦਾ ਕਿ ਜਿਹੜੇ ਲੋਕ ਨਵੇਂ-ਨਵੇਂ ਕੈਨੇਡਾ ਆਏ ਨੇ ਖਾਸ ਕਰਕੇ ਸਟੂਡੈਂਟਸ ਦੀ ਮੈਂ ਗੱਲ ਕਰਾਂ ਉਹ ਨੌਕਰੀਆਂ ਦੇ ਭਾਲ ਵਿੱਚ ਹੁੰਦੇ ਨੇ ਤੇ ਜੀ ਉਹਨਾਂ ਨੂੰ ਨੌਕਰੀ ਦੀ ਕੋਈ ਵੀ ਪਰੇਸ਼ਾਨੀ ਆ ਰਹੀ ਹੈ ਇਹਦੇ ਸਬੰਧ ਵਿੱਚ ਤੁਸੀਂ ਗੱਲ ਕਰ ਸਕਦੇ ਹੋ ਕ੍ਰਾਸ ਮਰਜ ਏਜੰਸੀ ਦੇ ਨਾਲ ਕਿਉਂਕਿ ਤੁਹਾਡੇ ਇੱਕ ਬੋਲ ਤੇ ਇਹ ਤੁਹਾਨੂੰ ਬਹੁਤ ਵਧੀਆ ਨੌਕਰੀ ਦੇਣਗੇ ਤੇ ਇਹਨਾਂ ਦਾ ਨੰਬਰ ਹੈਗਾ 9052267373 ਤੇ ਪਵਨ ਜੀ ਇਸੇ ਤਰੀਕੇ ਦੇ ਨਾਲ ਜੇ ਕਿਸੇ ਨੇ ਇਲੈਕਟ੍ਰੋਨਿਕਸ ਦੇ ਨਾਲ ਰਿਲੇਟਡ ਕੋਈ ਵੀ ਸਮਾਨ ਲੈਣਾ ਆ ਤੇ ਸਭ ਤੋਂ ਵਧੀਆ ਸ਼ਾਪ ਹੈਗੀ ਟੈਲੀ ਟਾਈਮ ਇਲੈਕਟ੍ਰੋਨਿਕਸ ਇੱਥੇ ਤੁਹਾਨੂੰ ਬਹੁਤ ਵਧੀਆ ਆਫਰਸ ਹੁਣ ਚੱਲ ਰਹੀਆਂ ਨੇ ਅਸ ਦੇ ਟਾਈਮ ਦੇ ਵਿੱਚ ਕਿਉਂਕਿ ਕ੍ਰਿਸਮਸ ਨੇੜੇ ਆ ਰਿਹਾ ਤੇ ਡੀਲਸ ਵੀ ਬਹੁਤ ਵਧੀਆ ਚੱਲ ਰਹੀਆਂ ਨੇ ਤੇ ਇਹਨਾਂ ਦਾ ਨੰਬਰ ਹੈਗਾ 4168412156 ਜੀ ਬਿਲਕੁਲ ਔਰ ਟੈਲੀਟਾਈਮ ਇਲੈਕਟ੍ਰੋਨਿਕਸ ਸਾਡੇ ਪ੍ਰਾਊਡ ਸਪான்ਸਰ ਹੈਗੇ ਨੇ ਔਰ ਵਤਨੋਂ ਦੂਰ ਦਾ ਤੁਸੀਂ ਹਵਾਲਾ ਦੋਗੇ ਤਾਂ ਤੁਹਾਨੂੰ ਫ੍ਰੀ ਗਿਫਟ ਵੀ ਦੇਣਗੇ ਤੇ ਪ੍ਰਾਈਸ ਕਹਿੰਦੇ ਨੇ ਜੀ ਟੈਨਸ਼ਨ ਨਾ ਲਵੋ ਤੁਹਾਨੂੰ ਮੀਟ ਨਹੀਂ ਬੀਟ ਕਰਕੇ ਦੇਣਗੇ ਤੁਸੀਂ ਟੈਲੀਟਾਈਮ ਇਲੈਕਟ੍ਰੋਨਿਕਸ ਦੇ ਵਿੱਚ ਜਾ ਕੇ ਸੋਨੂ ਭਾਜਨਾ ਨਾਲ ਗੱਲਬਾਤ ਕਰ ਲਓ ਤੁਹਾਨੂੰ ਬਹੁਤ ਵਧੀਆ ਪ੍ਰਾਈਸ ਜਿਹੜਾ ਹੈਗਾ ਜੀ ਦੇ ਦੇਣਗੇ ਔਰ ਆਪਾਂ ਇੱਕ ਦੋ ਸ਼ਾਰਟ ਖਬਰਾਂ ਵੱਲ ਜਾਂਦੇ ਹਾਂ ਜੀ ਮਨਪ੍ਰੀਤ ਦੇ ਕੋਲ ਜੀ ਮਨਪ੍ਰੀਤ ਜੀ ਪਵਨ ਜੀ ਇਹਦੇ ਨਾਲ ਇੱਕ ਹੋਰ ਬੜੀ ਵਧੀਆ ਖਬਰ ਆਈ ਪਿੱਛੇ ਜੇ ਆਪਾਂ ਸੁਣਿਆ ਹੋਊਗਾ ਜਦੋਂ ਭਗਵੰਤ ਮਾਨ ਜੀ ਦੀ ਨਵੀਂ ਨਵੀਂ ਸਰਕਾਰ ਬਣੀ ਸੀ ਤਾਂ ਉਹਨਾਂ ਨੇ ਪੰਜਾਬ ਦੇ ਸਕੂਲੀ ਟੀਚਰਾਂ ਨੂੰ ਜਿਹੜਾ ਹੈ ਸਿੰਗਾਪੁਰ ਦੌਰ ਦੇ ਭੇਜਿਆ ਸੀਗਾ ਐਜੂਕੇਸ਼ਨ ਸਿਸਟਮ ਨੂੰ ਆਬਜ਼ਰਵ ਕਰਨ ਲਈ ਉਹਨਾਂ ਦੀਆਂ ਵਰਕਸ਼ਾਪਸ ਦੇ ਲਈ ਅੱਛਾ ਜੀ ਹੁਣ ਐਵੇਂ ਦੀ ਇੱਕ ਹੋਰ ਸੋਹਣੀ ਖਬਰ ਸਾਹਮਣੇ ਆਈ ਹੈ ਵੀ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਦੀ ਚੋਣ ਕੀਤੀ ਜਾਊਗੀ ਔਰ ਉਹ ਇੰਟੈਲੀਜੈਂਟ ਵਿਦਿਆਰਥਣਾਂ ਹੋਣਗੀਆਂ ਜਾਂ ਸਪੋਰਟਸ ਦੇ ਵਿੱਚ ਵੀ ਕੁਝ ਮਾਹਰ ਵਿਦਿਆਰਥਣਾਂ ਹੋਣਗੀਆਂ ਜਿਨ੍ਹਾਂ ਨੂੰ ਵਿਦਿਆਕ ਯਾਤਰਾ ਦੇ ਲਈ ਜਾਪਾਨ ਜਾਣ ਦੇ ਲਈ ਸੁਨਹਿਰੀ ਮੌਕਾ ਜਿਹੜਾ ਮਿਲੂਗਾ ਔਰ ਇਹਨਾਂ ਵਿਦਿਆਰਥਣਾਂ ਨੂੰ ਵਿਗਿਆਨ ਵਿੱਚ ਜਾਪਾਨ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਦੇ ਲਈ ਚੁਣਿਆ ਕੁਝ ਵਿਦਿਆਰਥਣਾਂ 8 ਵਿਦਿਆਰਥਣਾਂ ਨੇ ਜਿਹੜੀਆਂ ਚੁਣ ਲਈਆਂ ਗਈਆਂ ਨੇ ਸਾਇੰਸ ਦੇ ਲਈ ਤੇ ਯੂਥ ਐਕਸਚੇਂਜ ਪ੍ਰੋਗਰਾਮ ਦੇ ਲਈ ਜਿਨ੍ਹਾਂ ਨੂੰ ਚੁਣਿਆ ਗਿਆ ਜਿਸ ਨੂੰ ਵਿਗਿਆਨ ਦੇ ਵਿੱਚ ਸਕੂਰਾ ਐਕਸਚੇਂਜ ਪ੍ਰੋਗਰਾਮ ਦੇ ਵਜੋਂ ਵੀ ਜਾਣਿਆ ਜਾਂਦਾ ਸੋ ਚੁਣੀਆਂ ਗਈਆਂ ਵਿਦਿਆਰਥਣਾਂ ਜਿਹੜੀਆਂ ਨੇ 10 ਦਸੰਬਰ ਤੋਂ ਲੈ ਕੇ 10 ਦਸੰਬਰ 2023 ਤੱਕ ਜਾਪਾਨ ਦੇ ਵਿੱਚ ਹੀ ਰੰਗੀਆਂ ਤੇ ਇਹ ਜਿਹੜੀ ਖੁਸ਼ਖਬਰੀ ਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਣਾ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਆ ਜੀ ਮਨਪ੍ਰੀਤ ਇਹ ਬਹੁਤ ਚੰਗੀ ਗੱਲ ਆ ਕਿਉਂਕਿ ਜੰਦੂ ਦੀ ਸਰਕਾਰ ਬਣੀ ਆ ਮੈਂ ਵੀ ਦੇਖ ਰਹੀ ਆ ਕਿ ਪਹਿਲਾਂ ਜਿਵੇਂ ਤੁਸੀਂ ਦੱਸਿਆ ਸਿੰਗਾਪੁਰਸ ਗਏ ਸੀ ਨਾ ਟੀਚਰਸ ਉਹਨਾਂ ਦੇ ਟੂਰ ਕਾਫੀ ਵਾਰ ਲਗਾਏ ਗਏ ਕਾਫੀ ਬੈਚਸ ਉਹਨਾਂ ਦੇ ਗਏ ਤੇ ਹੁਣ ਫਿਰ ਸਰਕਾਰ ਦਾ ਜਿਹੜਾ ਉਪਰਾਲਾ ਲਗਾਤਾਰ ਸਿੱਖਿਆ ਦੇ ਵੱਲੇ ਵਧਦਾ ਜਾ ਰਿਹਾ ਤੇ ਹੁਣ ਤੁਸੀਂ ਆ ਬਹੁਤ ਚੰਗਾ ਲੱਗਿਆ ਸੁਣ ਕੇ ਕਿ ਜਿਹੜਾ ਹੁਣ ਸਟੂਡੈਂਟਸ ਦਾ ਵੀ ਇੱਕ ਬੈਚ ਪ੍ਰ ਜੀ ਬਿਲਕੁਲ ਸੋ ਇਹਦੇ ਨਾਲ ਹੀ ਆਪਣਾ ਜਿਹੜਾ ਸਮਾਂ ਮੈਨੂੰ ਲੱਗਦਾ 3 ਕੁ ਮਿੰਟ ਜਿਹੜਾ ਰਹਿ ਗਿਆ ਹੈ। ਬੜੀ ਤੁਸੀਂ ਖਬਰ ਹੋਰ ਕਰ ਲਓ ਜੀ ਖਬਰ ਹਾਂਜੀ। ਹਾਂਜੀ ਆਪਾਂ ਕੋਈ ਗੱਲ ਨਹੀਂ ਖਬਰ ਹੋਰ ਕਰ ਲੈਣੀ ਇੱਕ ਹੋਰ ਬਹੁਤ ਸੋਹਣਾ ਮੌਕਾ ਜਿਹੜਾ ਸਰਕਾਰ ਦੇ ਵੱਲੋਂ ਦਿੱਤਾ ਗਿਆ ਕਿ ਆਪਾਂ ਸਭ ਨੂੰ ਪਤਾ ਜਦੋਂ ਦੀ ਸਰਕਾਰ ਬਣੀ ਆ ਕੁਝ ਨਾ ਕੁਝ ਨੌਕਰੀਆਂ ਦੇ ਵੱਲ ਧਿਆਨ ਦਿੱਤਾ ਗਿਆ ਜੇ ਨੌਕਰੀਆਂ ਪੱਕੀਆਂ ਨਹੀਂ ਤਾਂ ਕੱਚੇ ਮਲਾਜ਼ਮਾਂ ਦੀ ਤਨਖਾਹਾਂ ਦੇ ਵਿੱਚ ਵੀ ਮਜ਼ਾਫਾ ਕੀਤਾ ਗਿਆ ਤੇ ਹੁਣ ਇੱਕ ਹੋਰ ਖੋਸ਼ਖਬਰੀ ਵਾਲੀ ਖਬਰ ਦਿਵਿਆਂਗ ਲੋਕਾਂ ਦੇ ਲਈ ਆਈ ਹੈ ਪੰਜਾਬ ਸਰਕਾਰ ਨੇ 1200 ਰੱਖਮੀਆਂ ਸਾਮੀਆਂ ਨੂੰ ਪਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਹ 1200 ਦੀਆਂ 1200 ਸਾਮੀਆਂ ਦਿਵਿਆਂਗ ਲੋਕਾਂ ਦੀਆਂ ਹੋਣਗੀਆਂ ਅਤੇ ਪੰਜਾਬ ਦੇ ਸਮਾਜਿਕ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਬੀਤ ਕੌਰ ਨੇ ਇਹ ਜਿਹੜੀ ਸਾਰੀ ਜਾਣਕਾਰੀ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੇ ਰਾਹੀਂ ਅ ਗੱਲਬਾਤ ਕਰਦਿਆਂ ਸਾਂਝੀ ਕੀਤੀ ਆ ਸੋ ਅੰਤਰਰਾਸ਼ਟਰੀ ਅਪੰਗਤਾ ਦਿਵਸ ਦੇ ਮੌਕੇ ਕਰਵਾਏ ਗਏ ਰਾਜਪਤਰੀ ਸਮਾਗਮ ਦੇ ਦੌਰਾਨ ਉਹਨਾਂ ਨੇ ਇਹ ਵੱਡਾ ਫੈਸਲਾ ਜਿਹੜਾ ਸੁਣਾਇਆ ਜੀ ਬਿਲਕੁਲ ਔਰ ਇੱਥੇ ਹੀ ਆਪਾਂ ਤੁਹਾਡੇ ਤੋਂ ਲੈਣੀ ਆ ਜੀ ਆਗਿਆ ਫਿਰ ਕੱਲ ਨੂੰ ਦੁਬਾਰਾ ਮਿਲਾਂਗੇ ਸੇਮ ਟਾਈਮ ਦੇ ਵਿੱਚ ਤੇ 1320 ਫ੍ਰੀਕਵੈਂਸੀ ਦਿੱਤੇ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਸ਼ੁਕਰੀਆ ਜੀ ਔਰ ਗਲਬਤ ਕਰਦੇ ਆ ਜੀ ਤੜਕਾ ਕਿੰਗ ਦੀ ਤੜਕਾ ਕਿੰਗ ਬ੍ਰੈਂਟਨ ਵਾਲੀ ਲੋਕੇਸ਼ਨ ਤੋਂ ਹੁਣ ਅੱਗੇ ਚਲ ਕੇ ਦੀ ਪਹਿਲੀ ਲੋਕੇਸ਼ਨ ਇਹਨਾਂ ਦੀ ਬ੍ਰੈਂਟਨ ਡਾਊਨਟਾਊਨ ਦੇ ਵਿੱਚ ਸੀਗੀ ਔਰ ਉੱਥੇ ਵੀ ਇਹ ਬਹੁਤ ਵੱਡੀ ਸਰਵਿਸ ਜਿਹੜੀ ਇਹ ਦਿੰਦੇ ਨੇ ਤੇ ਨਾਲ ਦੀ ਨਾਲ ਠੀਕੇ ਮੀਟ ਵਾਲਾ ਜੇ ਆ ਕੇ ਲੈ ਕੇ ਜਾ ਸਕਦੇ ਨੇ ਜੀ ਤੁਸੀਂ ਹੁਣ ਉਹ ਲੋਕੇਸ਼ਨ ਜਿਹੜੀ ਹੈਗੀ ਜੀ ਹਰਨਟਾਰੀਓ ਐਂਡ ਮੇ ਫੀਲਡ ਦੇ ਉੱਤੇ ਹੈਗੀ ਆ ब्रैम्प्टन ਦੇ ਬਾਅਦ ਦੂਸਰੀ ਲੋਕੇਸ਼ਨ ਜਿਹੜੀ ਜੀ ਖੁੱਲ ਰਹੀ ਹੈ ਤੜਕਾ ਕਿੰਗ ਦੀ ਮੇਫੀਲਡ ਐਂਡ ਹਰਨਟਾਰੀਜ਼ ਉੱਤੇ ਤੇ ਤੁਸੀਂ ਕੋਈ ਵੀ ਫਰੈਸ਼ ਮੀਟ ਲੈਣਾ ਹੈਗਾ ਜਾਂ ਫਿਰ ਤੁਸੀਂ ਕੁਕਡ ਫੂਡ ਲੈਣਾ ਹੈਗਾ ਤਾਂ ਤੜਕਾ ਕਿੰਗ ਦੀ ਦੋਨੋਂ ਲੋਕੇਸ਼ਨ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ ਬ੍ਰੈਂਪਟਨ ਡਾਊਨਟਾਊਨ ਦੇ ਵਿੱਚ ਤੁਸੀਂ ਇੰਜੋਏ ਕਰਨਾ ਹੈਗਾ ਤਾਂ ਤੜਕਾ ਕਿੰਗ ਨੂੰ ਤੁਸੀਂ ਜਾ ਕੇ ਡਿਨਰ ਦੇ ਲਈ ਜਿਹੜਾ ਹੈਗਾ ਜੀ ਇੰਜੋਏ ਕਰ ਸਕਦੇ ਹੋ ਉੱਥੇ ਉਹਨਾਂ ਦੀ ਟੀਮ ਜਿਹੜੀ ਹੈ ਤੁਹਾਨੂੰ ਬਹੁਤ ਹੀ ਵਧੀਆ ਤੇ ਸਵਾਦਲੇ ਭੋਜਨ ਜਿਹੜੇ ਹੈਗੇ ਜੀ ਉਹ ਸਰਵ ਕਰ ਸਕਦੀ ਆ ਦੇਸੀ ਚੱਕੀ ਆਟਾ 416 675 444 4166754444 ਦੇ ਉਤੇ ਤੁਸੀਂ ਪਹੁੰਚਣਾ ਹੈਗਾ ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ ਤੇ ਮੈਨੂੰ ਲੱਗਦਾ ਜੀ ਸਮਾ ਸਾਡਾ ਇੱਥੇ ਹੀ ਸਮਾਪਤੀ ਦੇ ਵੱਲ ਹੈਗਾ ਆ ਤੇ ਤੁਹਾਡਾ ਅੱਜ ਦਾ ਦਿਨ ਜਿਹੜਾ ਹੈਗਾ ਜੀ ਬਹੁਤ ਵਧੀਆ ਜਾਵੇ اسی ਉਮੀਦ ਦੇ ਨਾਲ ਤੁਹਾਡੇ ਤੋਂ ਆਪਾਂ ਲੈਨੇ ਹੈਗੀਆਂ ਜੀ ਆਗਿਆ ਰਮ ਜੀ ਲਈਏ ਫੇਰ ਆਗਿਆ ਜੀ ਜੀ ਬਿਲਕੁਲ ਬਹੁਤ ਜੀ ਤੇ ਹੁਣ ਕੱਲ ਇਸੇ ਤਰੀਕੇ ਦੇ ਨਾਲ ਆਪਾਂ ਨੂੰ ਆਪਾਂ ਇਹਨਾਂ ਨੂੰ ਫੇਰ ਮਿਲਾਂਗੇ ਤੇ ਹੁਣ ਸਾਨੂੰ ਦਿਓ ਇਜਾਜ਼ਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ